ਹਾਡੇ ਵਿਚਾਰ ਦੇ ਅਧੀਨ ਰੱਬ ਕੀ ਹੈ ਰੱਬ ਇੱਕ ਭਲੇਖਾ ਪਰ ਜਦੋਂ ਆਪਾਂ ਇਸ ਜਮੀਨੀ ਪੱਧਰ ਤੇ ਦੇਖਦੇ ਆਂ ਤੇ ਸਾਇੰਸ ਪੜਾਉਣ ਵਾਲੀ ਪ੍ਰੋਫੈਸਰ ਹੈ ਜਿਹੜੀ ਉਹ ਕਰਵਾ 14 ਵਰਤ ਰੱਖਦੀ ਹੁੰਦੀ ਹੈ ਕਈ 100 ਸਾਲ ਲੱਗੇ ਇਹਨੂੰ ਗੜਨ ਚ ਭਗਤ ਰਵਦਾਸ ਸਾਹਿਬ ਨੇ ਜਿਹੜੇ ਉਹ ਖੁਦ ਮੂਰਤੀ ਦਾ ਵਿਰੋਧ ਕਰਦੇ ਰਹੇ ਪਰ ਅੱਜ ਬਾਬਾ ਰਵਦਾਸ ਸਾਹਿਬ ਦੇ ਮੰਦਰ ਬਣ ਗਏ ਨੇ ਉਹਦੇ ਅੰਦਰ ਰਵਦਾਸ ਸਾਹਿਬ ਦੀ ਮੂਰਤੀ ਸ਼ਟਾਪ ਕਰ ਦਿੱਤੀ ਗਈ ਗੁੱਦ ਨੂੰ ਮੰਨਦੇ ਨੇ ਪਰ ਉਹ ਥੜੱਲੇ ਨਾਲ ਚਿਕਨ ਮੱਛੀ ਜੇ ਉਹ ਲੱਲਖਾ ਸਭ ਕੁਝ ਖਾ ਰਹੀਆਂ ਨੇ ਉਹ ਇੱਕ ਘਟਨਾ ਕਰਕੇ 33 ਕਰੋੜ ਦੇਵਤੇ ਐ ਤੇ ਇਹਦਾ ਮਤਲਬ ਤਾਂ ਫਿਰ ਇਹ ਸੀ ਵੀ ਸਾਡੀ ਤਾਂ ਧਰਤੀ ਫੁੱਟ ਫੁੱਟ ਹਰ ਇੱਕ ਥਾਂ ਉਤ ਸਵਰਗ ਹੋ ਜਾਣੀ ਚਾਹੀਦੀ ਸੀ ਸਤਵਦ ਬਲਾਤਕਾਰ ਸਭ ਤੋਂ ਵੱਧ ਭ੍ਰਸ਼ਟਾਚਾਰ ਫਿਰ ਵੀ ਹਿੰਦੁਸਤਾਨ ਦੇ ਵਿੱਚ ਕਰੋਨਾ ਆਇਆ ਸਭ ਤੋਂ ਪਹਿਲਾਂ ਗੁਰਦੁਆਰੇ ਮੰਦਿਰ ਹੀ ਬੰਦ ਕੀਤੇ ਗਏ ਉਹ ਲਾਲ ਕੱਪੜਾ ਬੰਨਦੇ ਸੀ ਦਰਖਤ ਨੂੰ ਬੜਾ ਕਰਨ ਲਈ ਬਚਾਉਣ ਲਈ ਡੰਗਰ ਪਛੂਦੋਂ ਬਸ ਉਹ ਰੀਤੀ ਬਣ ਗਿਆ ਆਪਣੇ ਕਿ ਲਾਲ ਕੱਪੜਾ ਬੰਨ ਲਓ ਰੀਜਨ ਕੋਈ ਨਹੀਂ ਹੈ ਅਸਲ ਉਹ ਪਿੱਪਲ ਦੇ ਆਲੇ-ਦਾਲੇ ਗੇੜੇ ਕੱਢੂਗੀ ਕਿਹੜਾ ਪਿੱਪਲ ਹੈ ਕੈਮੇ ਦਾ ਵਿਖਸ਼ਾ ਜਿਹੜਾ ਆਕਸੀਜਨ ਬਹੁਤ ਵੱਡੇ ਪੈਮਾਨੇ ਤੇ ਛੱਡਦਾ ਵਾ ਪੜਿਆ ਲਿਖਿਆ ਬੰਦਾ ਸ਼ਬਦ ਤੁਰਿਆ ਜਾਂਦਾ ਹੋਵੇ ਨਾ ਰਸਤੇ 'ਚ ਬਿੱਲੀ ਲੰਘ ਜਿੱਦੇ ਰਸਤਾ ਛੱਡ ਜਾਂਦਾ ਜਦੋਂ ਦਿਮਾਗ 'ਚ ਇੱਕ ਵਾਰ ਨੇਗੈਟਿਵਿਟੀ ਆ ਗਈ ਨਾ ਆਪਣੇ ਕੇ ਜੀ ਬਿੱਲੀ ਰਾਹ ਕੱਟ ਗਈ ਤੁਹਾਡੇ ਦਿਮਾਗ 'ਚ ਕੰਮ ਆਉਣਾ ਕਿ ਲਾਜ ਮੇਰਾ ਕੰਮ ਬਣਨਾ ਹੀ ਨਹੀਂ ਵਿਚਾਰ ਧਰਾਵਾਂ ਅਕਸਰ ਬਰਾਬਰ ਬਰੂਬਰ ਚਲਦੀਆਂ ਨੇ ਇੱਕ ਆਸਥਿਕਤਾ ਤੇ ਇੱਕ ਨਾਸਤਿਕਤਾ ਸੋ ਅੱਜ ਅਸੀਂ ਸਰਦਾਰ ਅਰਸ਼ਦੀਪ ਸਿੰਘ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਧਰਮ ਦੇ ਨਾਂ ਦੇ ਉੱਤੇ ਚੱਲ ਰਹੇ ਵਹਿਮ ਭਰਮ ਆਸਥਿਕਤਾ ਤੇ ਨਾਸਤਿਕਤਾ ਇਨਾਂ ਦੇ ਉੱਪਰ ਆਪਣੇ ਵਿਚਾਰ ਰੱਖਣਗੇ ਔਰ ਮੈਂ ਅਰਸ਼ਦੀਪ ਸਿੰਘ ਜੀ ਨੂੰ ਮਲਾਉਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੇ ਆ ਕਿ ਅਰਸ਼ਦੀਪ ਸਿੰਘ ਆਪਣੇ ਆਪ ਨੂੰ ਨਾਸਤਿਕ ਮੰਨਦੇ ਨੇ ਤੇ ਮੈਂ ਆਪਣੇ ਆਪ ਨੂੰ ਆਸਤਿਕ ਮੰਨਦਾ ਤੋਂ ਅੱਜ ਇੱਕ ਆਸਤਿਕ ਇੱਕ ਨਾਸਤਿਕ ਦੇ ਨਾਲ ਗੱਲਬਾਤ ਕਰੇਗਾ ਤੇ ਆਪਾਂ ਆਓ ਸਵਾਗਤ ਕਰਦੇ ਆ ਸਰਦਾਰ ਅਰਸ਼ਦੀਪ ਸਿੰਘ ਦਾ ਔਰ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ ਅਰਸ਼ਦੀਪ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਨਵੋਦਾ ਟੀਵੀ ਦੇਖ ਰਹੇ ਸਾਰੇ ਸਮੂਹ ਪਤਵੰਤੇ ਸੱਜਣਾ ਦਾ ਮੈਂ ਜੀ ਆਇਆਂ ਆਖਦਾ ਧੰਨਵਾਦ ਆਖਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮੌਕੇ ਦਿੱਤਾ ਤੇ ਗੱਲਬਾਤ ਕਰਨ ਦਾ ਇੰਨਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆਏ ਤੇ ਮੇਰੇ ਘਰ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਅੱਛਾ ਅਰਸ਼ਦੀਪ ਸਿੰਘ ਜੀ ਕੱਲੇ ਭਾਰਤ ਵਿੱਚ ਹੀ ਨਹੀਂ ਪੂਰੇ ਸੰਸਾਰਾ ਜਿਹੜਾ ਉਹ ਦੋ ਵਿਚਾਰਧਾਰਾਵਾਂ ਦੇ ਵਿੱਚ ਵੰਡਿਆ ਹੋਇਆ ਮੋٹے ਤੌਰ ਦੇ ਉੱਤੇ ਆਪਾਂ ਕਹਿ ਲਓ ਆਸਥਿਕਤਾ ਤੇ ਨਾਸਤਿਕਤਾ ਆਸਤਿਕ ਲੋਕਾਂ ਦਾ ਵੀ ਕੋਈ ਕਮੀ ਨਹੀਂ ਸੰਸਾਰ ਵਿੱਚ ਪਰ ਜਿਹੜੇ ਕਹਿੰਦੇ ਨੇ ਰੱਬ ਨਾਮ ਦੀ ਕੋਈ ਚੀਜ਼ ਹੀ ਨਹੀਂ ਹੁੰਦੀ ਜੀ ਉਹਨਾਂ ਦੀ ਵੀ ਕੋਈ ਕਮੀ ਨਹੀਂ ਹੈ ਤੁਹਾਡੇ ਵਿਚਾਰ ਦੇ ਅਧੀਨ ਰੱਬ ਕੀ ਹੈ ਰੱਬ ਇੱਕ ਭਲੇਖਾ ਜੇ ਤੁਸੀਂ ਜਿਹੜਾ ਆਪਣੇ ਸੰਸਾਰ ਨੂੰ ਨਾ ਬਹੁਤ ਜਿਹੜਾ ਆਪਣੀ ਮੈਂ ਆਪਣੇ ਦੇਸ਼ ਦੀ ਗੱਲ ਕਰਦਾ ਇੰਡੀਆ ਦੀ ਆਪਾਂ ਨਾ ਹਜੇ ਬਹੁਤ ਪਿੱਛੇ ਚੱਲ ਰਹੇ ਹਾਂ ਬਹੁਤ ਮਤਲਬ ਤੁਸੀਂ ਲੋਕੀ ਕਹਿੰਦੇ ਆ ਕਿ ਆਪਾਂ 50 ਸਾਲ ਪਿੱਛੇ ਚੱਲ ਰਹੇ ਆ ਮੈਨੂੰ ਤਾਂ ਲੱਗਦਾ ਕਿ ਆਪਾਂ ਜ਼ਿਆਦਾ ਹੀ ਪਿੱਛੇ ਚੱਲ ਰਹੇ ਆ ਤੇ ਉਹ ਜਿਹੜਾ ਰੱਬ ਜਦੋਂ ਰੱਬ ਦੀ ਕਾਇਆ ਕਲਪ ਤਿਆਰ ਕੀਤੀ ਗਈ ਸੀ ਕਿ ਹਾਂ ਇੱਕ ਰੱਬ ਬੈਠਾ ਜਿਹੜਾ ਸੰਸਾਰ ਨੂੰ ਚਲਾ ਰਿਹਾ ਵਾ ਉਹ ਬਹੁਤ ਚਿਰ ਪਹਿਲਾਂ ਦੀਆਂ ਗੱਲਾਂ ਸੀ ਜਦੋਂ ਲੋਕੀ ਅਨਪੜ੍ਹ ਸੀ ਹੁਣ ਤੁਸੀਂ ਪੜ੍ਹ ਲਿਖ ਗਏ ਹੋ ਤੁਸੀਂ ਤੁਸੀਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸਾਇੰਸ ਪਤਾ ਲੱਗ ਗਈ ਕੀ ਆ ਕੀ ਲੌਜੀਕ ਪਤਾ ਲੱਗ ਗਿਆ ਜੇ ਤੁਸੀਂ ਹੁਣ ਵੀ ਉਹ ਚੀਜ਼ਾਂ ਨੂੰ ਕਰੀ ਜਾਓ ਕਿ ਜੀ ਐਂ ਕਰੇ ਤੇ ਆਏ ਹੁੰਦਾ ਜੀ ਐਂ ਨਾ ਕਰਾਂਗੇ ਐ ਹੋ ਜੂ ਉਹ ਚੀਜ਼ਾਂ ਨਾਲ ਕੁਝ ਨਹੀਂ ਤੁਹਾਡੇ ਵਿਸ਼ਵਾਸ 'ਚ ਹੀ ਸਾਰਾ ਕੁਝ ਆ ਰੱਬ ਕੋਈ ਕਿਤੇ ਬੈਠਾ ਨਹੀਂ ਰੱਬ ਤੁਹਾਡੇ ਅੰਦਰ ਆ ਉਹਨੂੰ ਹੀ ਮੰਨਣਾ ਤੁਸੀਂ ਇੱਕ ਜਿਹੜਾ ਇਹ ਰਚੀ ਗਈ ਆ ਇਹ ਤੰਡਵ ਰਚਿਆ ਗਿਆ ਇਹ ਬਹੁਤ ਇਹ ਬੜੇ ਬੜੇ ਲੈਵਲ ਤੇ ਕਈ 100 ਸਾਲ ਲੱਗੇ ਇਹਨੂੰ ਗੜਨ ਚ ਤੇ ਹੁਣ ਮੈਂ ਇੱਕਦਮ ਚ ਤੁਹਾਨੂੰ ਕਹਦਾ ਕਿ ਤੁਸੀਂ ਇਹਨੂੰ ਮੰਨਣਾ ਹਟਜੋ ਤੁਸੀਂ ਮੇਰੇ ਕੇਤੇ ਮੰਨਣਾ ਹਟ ਨਹੀਂ ਸਕਦੇ ਤੇ ਜਿਹੜੀ ਮੈਂ ਅੱਜ ਗੱਲ ਕਰ ਰਿਹਾ ਆ ਇਹ ਤੁਹਾਡੇ ਬੱਚੇ ਅੱਜ ਤੋਂ 20 ਸਾਲ ਬਾਅਦ ਗੱਲ ਕਰਿਆ ਕਰਨਗੇ ਨਹੀਂ ਤੁਸੀਂ ਇਹ ਕਹਿ ਰਹੇ ਹੋ ਵੀ ਪੜੇ ਲਿਖੇ ਲੋਕ ਅੱਜਕੱਲ ਹੋ ਗਏ ਨੇ ਅੱਜਕੱਲ ਸੈਂਟੀਫਿਕ ਵਿਗਿਆਨਕ ਯੁੱਗ ਆ ਗਿਆ ਹੈ ਪਰ ਜਦੋਂ ਅਸੀਂ ਇਹ ਗੱਲਾਂ ਕਹਿਣ ਨੂੰ ਤਾਂ ਬੜੀਆਂ ਵਧੀਆ ਲੱਗਦੀਆਂ ਨੇ ਵੀ ਇਦਾਂ ਪੜ੍ਹੇ ਲਿਖੇ ਲੋਕਾਂ ਦਾ ਜ਼ਮਾਨਾ ਆ ਗਿਆ ਜੀ ਅੱਜਕੱਲ ਵਿਗਿਆਨਕ ਯੁੱਗ ਆ ਗਿਆ ਪਰ ਜਦੋਂ ਆਪਾਂ ਇਸ ਜ਼ਮੀਨੀ ਪੱਧਰ ਤੇ ਦੇਖਦੇ ਆਂ ਤੇ ਸਾਇੰਸ ਪੜਾਉਣ ਵਾਲੀ ਪ੍ਰੋਫੈਸਰ ਆ ਜਿਹੜੀ ਉਹ ਕਰਵਾ ਚੌਥਾ ਵਰਤ ਰੱਖਦੀ ਹੁੰਦੀ ਹੈ ਫਿਰ ਉਹ ਸਾਇੰਸ ਕਿੱਧਰ ਰਹਿ ਗਈ ਉੱਥੇ ਇਹ ਕਰਵਾ ਚੌਥਾ ਨਾ ਜਿਹੜਾ ਇਹ ਮੈਂ ਤੇ ਇਹ ਮੈਂ ਹੁਣ ਹੋਰ ਕਮਿਊਨਿਟੀ ਚੋਂ ਨਾ ਤੇ ਸ਼ਾਇਦ ਮੇਰੇ ਤੇ ਕੋਈ ਕਿੰਤੂ ਪ੍ਰਿੰਤੂ ਕਰੋਗੇ ਸਾਡੇ ਘਰਵਾਸਾ ਉੱਤੇ ਕੋਈ ਕਿੰਤੂ ਪ੍ਰਿੰਤੂ ਕਰਦਾ ਮੈਂ ਉਹ ਗੱਲ ਨਹੀਂ ਕਰਦਾ ਇਹ ਸਿਰਫ ਨਾ ਇਹ ਮੰਨ ਇਹ ਇੱਕ ਇਹ ਪਿੱਛੋਂ ਤੋਂ ਰਾਇਦਾ ਕੋਈ ਸੈਂਟੀਫਿਕ ਰੀਜ਼ਨ ਹੈ ਨਹੀਂ ਹੁਣ ਕਈਆਂ ਕਈਆਂ ਨੂੰ ਪੁੱਛ ਲਿਓ ਹੁਣ ਮੈਂ ਮੈਂ ਆਪਦੇ ਘਰ ਦੀ ਗੱਲ ਦੱਸਦਾ ਸਾਡੇ ਘਰ ਇੱਕ ਜੋਤ ਚੱਲਦੀ ਆ ਜੋਤ ਮੀਨਸ ਉਹ ਜਦੋਂ ਪਾਠ ਜਦੋਂ ਭੋਗ ਲਾਉਂਦੇ ਆ ਜਦੋਂ ਸ਼ਾਮ ਦੀ ਰੋਟੀ ਬਣਦੀ ਆ ਜਾਂ ਸਵੇਰ ਦੀ ਰੋਟੀ ਬਣਦੀ ਆ ਜੋਤ ਜਲਾਈ ਜਾਂਦੀ ਆ ਤੇ ਉਹ ਜੋਤ ਮੇਰੇ ਤਾਈ ਮੇਰੀ ਚਾਚੀ ਚਲਾਉਂਦੀ ਆ ਉਹ ਮੱਥਾ ਟੇਕਦੇ ਆ ਉਹ ਜੋਤ ਜਦੀ ਵਧਾ ਦਿੰਦੇ ਆ ਚਲੋ ਜੀ ਮੱਥਾ ਟੇਕੇ ਗਿਆ ਹੁਣ ਜੇ ਚਾਚੀ ਨੂੰ ਪੁੱਛ ਲਈਏ ਕਿਉਂ ਜੋਤ ਜਲਾਉਂਦੇ ਆ ਉਹ ਹੁਣ ਮੇਰੀ ਚਾਚੀ ਦਾ ਕੰਮ ਏ ਕਹਿਣਾ ਏ ਆ ਕਿ ਮੇਰੀ ਸੱਸ ਚਲਾਉਂਦੀ ਸੀ ਯਾਨੀ ਕਿ ਮੇਰੀ ਦਾਦੀ ਚਲਾਉਂਦੀ ਸੀ ਮੈਂ ਦਾਦੀ ਨੂੰ ਪੁੱਛ ਲਾਂ ਉਹ ਕਹੂਗੀ ਮੇਰੀ ਸੱਸ ਚਲਾਉਂਦੀ ਸੀ ਮੈਂ ਕਿ ਇੱਕ ਪਰੰਪਰਾ ਜਿਹੜੀ ਆ ਉਹ ਚੱਲ ਹੀ ਆ ਰਹੀ ਆ ਹੁਣ ਜੇ ਕਿਸੇ ਪਰੰਪਰਾ ਜਿਹੜੀ ਅੱਜ ਤੋਂ ਹਜ਼ਾਰ ਸਾਲ ਦੀ ਚੱਲਦੀ ਆ ਰਹੀ ਪਰੰਪਰਾ ਨੂੰ ਇੱਕਦਮ ਮੈਂ ਕਹਿ ਦਵਾ ਕਿ ਇਹ ਗਲਤ ਆ ਤਾਂ ਉਹਨਾਂ ਨੂੰ ਤਾਂ ਠੇਸ ਪਹੁੰਚੂਗੀ ਪਹੁੰਚੂਗੀ ਤੁਹਾਡੇ ਕਹਿਣ ਦਾ ਜਿਹੜਾ ਭਾਵ ਏ ਆ ਵੀ ਜਿਹੜੀ ਪਰੰਪਰਾ ਹੈ ਪਰੰਪਰਾ ਦੇ ਵਿੱਚੋਂ ਸਿੱਧੇ ਤੌਰ ਤੇ ਮੈਂ ਕਹਾਂ ਵੀ ਉਹ ਵਿੱਚੋਂ ਲਾਜਿਕ ਖਤਮ ਹੋ ਗਿਆ ਪਰੰਪਰਾ ਵਿੱਚ ਰਹਿ ਗਈ ਇਕੱਲੀ ਹਣਾ ਪਰ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਪਰ ਅੱਜ ਜਿਹੜਾ ਦੁਨੀਆ ਦਾ ਸਭ ਤੋਂ ਆਪਣੇ ਆਪ ਨੂੰ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੈਂ ਵਿਗਿਆਨ ਦੇ ਵਿੱਚ ਜੋ ਦੇਸ਼ ਹੈ ਚੀਨ ਜੀ ਪਰ ਸਭ ਤੋਂ ਵੱਧ ਜਿਹੜੇ ਕਰਮਕਾਂਡ ਨੇ ਜਾਂ ਪਖੰਡ ਨੇ ਉਹ ਚਿੰਚ ਕੀਤੇ ਜਾਂਦੇ ਆ ਚੀਨ ਚ ਕੀਤੇ ਜਾਂਦੇ ਉਹ ਚੀਨ ਆਪਦੇ ਤੱਕ ਹੀ ਰੱਖਦਾ ਸਹਿਮਤ ਤੁਸੀਂ ਤੁਸੀਂ ਉਹ ਥੋ ਪਤਾ ਨਹੀਂ ਹੈਗਾ ਕਿਸੇ ਦੇ ਕਰਮकांड ਮੈਨੂੰ ਨਹੀਂ ਪਤਾ ਚੀਨ ਚ ਇੰਨੇ ਕਿਹੜੇ ਚੱਲਦੇ ਨੇ ਪਰ ਉਹ ਹੱਥ ਦੇ ਕਰਮ ਨੂੰ ਜ਼ਿਆਦਾ ਮੰਨਦੇ ਆ ਤੁਸੀਂ ਇੱਕ ਚੀ ਲਾ ਲੋ ਤੁਹਾਡਾ ਕਿਹੜਾ ਮੈਕ ਆ ਇਹ ਵੀ ਚਾਈਨਾ ਤੋਂ ਆਇਆ ਹੋਣਾ ਕਿਤੇ ਨਾ ਕਿਤੇ ਜਿਹੜੀ ਇਹਦੀ ਤਾਰ ਤੱਕ ਆ ਉਹ ਵੀ ਚਾਈਨਾ ਤੋਂ ਬਣ ਕੇ ਆਉਂਦੀ ਆ ਜਿਹੜੀ ਮੇਰੀ ਘੜੀ ਲਈ ਇਹ ਵੀ ਚਾਈਨਾ ਜਾਪਾਨ ਤੋਂ ਬਣ ਕੇ ਆਉਂਦੀ ਆ ਹਰ ਚੀ ਚਾਈਨਾ ਤੋਂ ਉਹ ਕੀ ਕਰਦੇ ਨੇ ਉਹ ਉਹਨੂੰ ਉੱਥੇ ਰੱਖਦੇ ਨੇ ਜਿੱਥੇ ਉਹਨੂੰ ਰੱਖਣਾ ਚਾਹੀਦਾ ਜਿਹੋ ਕੋਈ ਧਰਮ ਨੂੰ ਕਿਸੇ ਕਰਮ ਨੂੰ ਮੰਨਦੇ ਨੇ ਉੱਥੇ ਤੱਕ ਹੀ ਰੱਖ ਉਹ ਆਪਣੇ ਆਪਣੇ ਵਿਵਹਾਰ ਚ ਨਹੀਂ ਲੈ ਕੇ ਆਉਂਦੇ ਕਿਤੇ ਕੰਮ ਦਾ ਟਾਈਮ ਉਹ ਕੰਮ ਕਰਨਗੇ ਉਹ ਕਰਮ ਕਾਂਡ ਉੱਥੇ ਹੀ ਰਹਿ ਜਾਂਦੇ ਨੇ ਪਰ ਆਪਣੇ ਕੀਆ ਕਰਮ ਕਾਂਡ ਜਿਆਦਾ ਅੱਗੇ ਆ ਗਏ ਕਰਮ ਪਿੱਛੇ ਰਹਿ ਗਿਆ ਇਹ ਹੋਇਆ ਜਿਹੜਾ ਭਲੇਖਾ ਸੀ ਧਰਮ ਸੀ ਧਰਮ ਭਲੇਖਾ ਜਿਆਦਾ ਅੱਗੇ ਆਇਆ ਹੋਇਆ ਤੇ ਕਰਮ ਪਿੱਛੇ ਰਹਿ ਗਿਆ ਤੇ ਇਹ ਆਪਾਂ ਨੂੰ ਦਿਖਾਇਆ ਗਿਆ ਆਵਾਜ਼ ਜਾਨੀ ਕਿ ਆਪਣੇ ਮੂਰੇ ਇੱਕ ਸ਼ਬੀ ਤਿਆਰ ਕੀਤੀ ਗਈ ਆ ਇਹਨੂੰ ਹਜ਼ਾਰ ਸਾਲ ਲੱਗੇ ਸ਼ਬੀ ਤਿਆਰ ਕਰਨ ਨੂੰ ਹੁਣੇ ਮੈਂ ਉਹ ਸ਼ਬੀ ਤੇ ਇੱਕ ਕਿੰਤੂ ਪ੍ਰੰਤੂ ਕਰ ਦੂੰ ਮੈਂ ਹੁਣ ਗੁਰੂ ਨਾਨਕ ਦੇਵ ਜੀ ਸਾਹਿਬ ਗੁਰਨਾਨਕ ਸਾਹਿਬ ਸੀਗੇ ਆਪਣੇ ਉਹਨਾਂ ਨੇ ਉਸ ਟਾਈਮ ਦੇ ਪਖੰਡਵਾਦ ਨੂੰ ਚੱਲਦੇ ਨੂੰ ਚੈਲੰਜ ਕਰਤਾ ਸੀ ਕੀਤਾ ਸੀਗਾ ਤੇ ਬਾਬਾ ਰਵਿਦਾਸ ਜੀ ਨੇ ਕਰਤਾ ਸੀਗਾ ਤੇ ਆਪਣੇ ਭਗਤ ਕਬੀਰ ਇਹਨਾਂ ਨੇ ਉਸ ਟਾਈਮ ਉਹਨੂੰ ਕਿੰਤੂ ਪ੍ਰੰਤੂ ਕੀਤਾ ਸੀ ਇਹਨਾਂ ਦਾ ਵੀ ਵਿਰੋਧ ਹੋਇਆ ਸੀਗਾ ਉਹ ਇੱਕ ਜਿਹੜੀ ਚੀਜ਼ ਨੂੰ ਲੱਖਾਂ ਬੰਦੇ ਮੰਨ ਰਹੇ ਨੇ ਉਹਨੂੰ ਮੈਂ ਕੱਲਾ ਕਹਿਦਾ ਕਿ ਗੱਲ ਹੈ ਹੀ ਨਹੀਂ ਉਹਨਾਂ ਨੂੰ ਦੁੱਖ ਤਾਂ ਲੱਗੂਗਾ ਪਰ ਅਸਲ 'ਚ ਮੈਨੂੰ ਜੇ ਤੁਸੀਂ ਮੈਨੂੰ ਕਹੋ ਕਿ ਇਹ ਚੀਜ਼ ਨੂੰ ਮੰਨ ਪਰ ਮੈਨੂੰ ਤੁਸੀਂ ਕਿਸੇ ਗੱਲ ਨਾਲ ਨਹੀਂ ਮਨਾ ਸਕਦੇ ਹੋ ਉਹ ਤੁਸੀਂ ਮੈਨੂੰ ਉਹ ਕਹਿ ਦੋਗੇ ਤੁਹਾਨੂੰ ਤੈਨੂੰ ਮੈਂ ਅੰਦਰ ਕਰ ਦੂੰ ਚੱਕ ਕੇ ਨਹੀਂ ਮੰਨ ਉਹ ਮੈਂ ਨਹੀਂ ਮੰਨ ਸਕਦੇ ਆਪਾਂ ਵੀ ਇਹ ਤੁਹਾਡੇ ਕਹਿੰਦਾ ਇਹ ਹੈ ਵੀ ਜਿਹੜਾ ਗਿਆਨ ਹੈ ਜਾਂ ਕਿਸੇ ਨੂੰ ਚੀਜ਼ ਨੂੰ ਧਰਮ ਨੂੰ ਮਨਵਾਉਣ ਦੀ ਗੱਲ ਹੈ ਜਿਹੜੀ ਜਾਂ ਕਿਸੇ માનਤਾ ਨੂੰ ਪਰੰਪਰਾ ਨੂੰ ਮਨਵਾਉਣ ਦੀ ਗੱਲ ਹੈ ਉਹ ਕਿਸੇ ਲੌਜਿਕ ਦੇ ਆਧਾਰ ਦੇ ਉੱਤੇ ਹੋਣੀ ਚਾਹੀਦੀ ਹੈ ਹਨਾ ਕਿਸੇ ਕਰਾਮਾਤ ਦੇ ਆਧਾਰ ਤੇ ਨਹੀਂ ਹੋਣੀ ਚਾਹੀ ਤੁਸੀਂ ਗੁਰੂ ਅਰਜਨ ਸਿੰਘ ਸਾਹਿਬ ਪਾਤਸ਼ਾਹੀ ਦੀ ਗੱਲ ਕੀਤੀ ਆ ਬਾਬਾ ਰਵਦਾਸ ਸਾਹਿਬ ਦੀ ਗੱਲ ਕੀਤੀ ਕਬੀਰ ਸਾਹਿਬ ਦੀ ਗੱਲ ਕੀਤੀ ਜੇ ਅੱਜ ਆਪਾਂ ਗੱਲ ਕਰੀਏ ਜਿਹੜੇ ਲੋਕ ਗੁਰੂ ਅਰਜਨ ਸਿੰਘ ਸਾਹਿਬ ਨੂੰ ਜਾਂ ਬਾਬਾ ਰਵਦਾਸ ਸਾਹਿਬ ਨੂੰ ਜਾਂ ਕਬੀਰ ਸਾਹਿਬ ਮੰਨਣ ਵਾਲੇ ਨੇ ਉਹ ਲੋਕ ਵੀ ਜਿਹੜੇ ਨੇ ਉਹ ਕਰਮਕਾਂਡ ਔਰ ਪਖੰਡ ਕਰ ਰਹੇ ਨੇ ਗੁਰਾਂਕ ਸਾਹਿਬ ਦੀ ਮੂਰਤੀ ਅੱਜ ਵੀ ਪੂਜੀ ਜਾ ਰਹੀ ਹੈ ਭਗਤ ਰਵਦਾਸ ਸਾਹਿਬ ਨੇ ਜਿਹੜੇ ਉਹ ਖੁਦ ਮੂਰਤੀ ਦਾ ਵਿਰੋਧ ਕਰਦੇ ਰਹੇ ਪਰ ਅੱਜ ਬਾਬਾ ਰਵਦਾਸ ਸਾਹਿਬ ਦੇ ਮੰਦਰ ਬਣ ਗਏ ਨੇ ਉਹਦੇ ਅੰਦਰ ਰਵਦਾਸ ਸਾਹਿਬ ਦੀ ਮੂਰਤੀ ਸਤਾਦ ਕਰ ਦਿੱਤੀ ਗਈ ਕਬੀਰ ਸਾਹਿਬ ਨੇ ਮੂਰਤੀ ਦਾ ਵਿਰੋਧ ਕੀਤਾ ਤੇ ਕਬੀਰ ਸਾਹਿਬ ਦੀ ਮੂਰਤੀ ਹੀ ਮੰਦਰ ਜਿਹੜਾ ਸੀ ਉਹ ਉੱਥੇ ਬਿਠਾ ਦਿੱਤੀ ਗਈ ਇਹ ਬਹੁਤ ਡੂੰਘੀਆਂ ਗੱਲਾਂ ਨੇ ਬੜੀਆਂ ਗੱਲਾਂ ਨੇ ਇਹ ਗੱਲ ਕੁਛ ਸੀ ਬਣਾ ਕੁਛ ਦਿੱਤੀ ਹੁਣ ਮੈਂ ਛੋਟੀ ਜੀ ਗੱਲ ਸੁਣਾਉਣਾ ਤੁਹਾਨੂੰ ਜਦੋਂ ਬੁੱਧ ਧਰਮ ਜਦੋਂ ਆ ਮਹਾਤਮਾ ਬੁੱਧ ਸੀ ਨਾ ਕਿੜੇ ਉਹ ਜਦੋਂ ਕਿਤੇ ਛੇਵਰ ਲਾਉਂਦੇ ਹੁੰਦੇ ਸੀ ਉਹਨਾਂ ਦੇ ਨਾਲ 100 ਚੇਲਾ ਹੁੰਦਾ ਸੀ ਉਹਨਾਂ ਦਾ ਤੇ ਉਹ ਇੱਕਥੋਂ ਬਹਿ ਜਾਂਦੇ ਸੀ ਫਿਰ ਉਹਨਾਂ ਦੇ ਚੇਲੇ ਕੀ ਕਰਦੇ ਸੀ ਪਿੰਡ ਚੋਂ ਰੋਟੀ ਇਕੱਠੀ ਕਰਕੇ ਲੈ ਕੇ ਆਉਂਦੇ ਸੀਗੇ ਉਹ ਰੋਟੀ ਇਕੱਠੀ ਕਰਕੇ ਲੈ ਕੇ ਆਉਂਦੇ ਸੀ ਤਾਂ ਉਹ ਵੱਡੇ ਭਾਂਡੇ ਚ ਪਾ ਕੇ ਲੈ ਕੇ ਆਉਂਦੇ ਸੀ ਉਹਨਾਂ ਦਾ ਇੱਕ ਸੂਲ ਸੀ ਜਿਹੜਾ ਖਾਣਾ ਆ ਗਿਆ ਇਕੱਠਿਆ ਨੇ ਖਾਣਾ ਯਾਨੀ ਕਿ ਇਕੱਠਾ ਕਰ ਲਿਓ ਉਹ ਖਾਣਾ ਵਾ ਤੇ ਉਹਦੇ ਵਿੱਚ ਜੋ ਕੁਝ ਮਿਲ ਗਿਆ ਉਹ ਬੇਸ ਨਹੀਂ ਕਰਨਾ ਉਹ ਬਾਈ ਜੀ ਉਹ ਜਾ ਰਹੇ ਸੀਗੇ ਉਹ ਇਕੱਠੇ ਕਰਕੇ ਲੈ ਆਏ ਤੇ ਉਹ ਭਾਂਡਾ ਖੁੱਲਾ ਸੀ ਉੱਪਰੋਂ ਚੀਲ ਲਿੰਗੀ ਜਾਂਦੀ ਸੀਗੀ ਜੋ ਵੀ ਮੰਨ ਲਓ ਚੀਲ ਲਿੰਗੀ ਜਾਂਦੀ ਉਹਦੇ ਚੋਂ ਮੂੰਹ ਚ ਨਾ ਚਿਕਨ ਦੀ ਬੋਟੀ ਉਹਦੇ ਵਿੱਚ ਡਿੱਗ ਪਈ ਭਾਂਡੇ ਦੇ ਵਿੱਚ ਡਿੱਗ ਪਈ ਹੁਣ ਉਹ ਸਾਰਾ ਦੂਸ਼ਿਤ ਹੋ ਗਿਆ ਉਹ ਤਾਂ ਖਾਂਦੇ ਨਹੀਂ ਮਾਸ ਬੁੱਧ ਵਾਲੇ ਤੇ ਉਹ ਕਹਿੰਦੇ ਬੁੱਧ ਨੇ ਕਿਹਾ ਸੀਗਾ ਕਿ ਆਪਾਂ ਚਿਕਨ ਨਹੀਂ ਖਾਣਾ ਮਾਸ ਨਹੀਂ ਖਾਣਾ ਹੁਣ ਇਹ ਤਾਂ ਸਾਰਾ ਇਕੱਠਾ ਕਰ ਲਿਆਏ ਹੁਣ ਮਸਲਾ ਮਸਲਾ ਖੜਾ ਹੋ ਗਿਆ ਉਹ ਬੁੱਧ ਸਾਹਿਬ ਕੋਲ ਗਏ ਉਹ ਕਹਿੰਦੇ ਜੀ ਐਵੇਂ ਕੀ ਕਰੀਏ ਮਹਾਤਮਾ ਬੁੱਧ ਸਾਹਿਬ ਕਹਿੰਦੇ ਹੁਣ ਉਹਨਾਂ ਨੇ ਇਹ ਵੀ ਕਿਹਾ ਹੋਇਆ ਸੀ ਕਿ ਵੇਸਟ ਨਹੀਂ ਕਰਨਾ ਹੁਣ ਇੰਨਾ ਖਾਣਾ ਵੇਸਟ ਕਰਕੇ ਤੁਹਾਨੂੰ ਪਿੰਡ ਵਾਲੇ ਦੁਬਾਰਾ ਥੋੜੀ ਦੇਣਗੇ ਪਹਿਲਾਂ ਤਾਂ ਐ ਹੀ ਹੁੰਦਾ ਸੀ ਘਰੇ ਘਰੀ ਉਹ ਬਾਈ ਜੀ ਉਹ ਕਹਿੰਦੇ ਉਹਨਾਂ ਨੇ ਇੱਕ ਹੱਲ ਦਿਮਾਗੀ ਸੀਗੇ ਉਹ ਉਹ ਕਹਿੰਦੇ ਚਲੋ ਠੀਕ ਆ ਇੱਕ ਘਟਨਾ ਇੱਕ ਘਟਨਾ ਨਹੀਂ ਇੱਕ ਦੁਰਘਟਨਾ ਹੋਈ ਆ ਰੋਜ਼-ਰੋਜ਼ ਤੁਸੀਂ ਐਵੇਂ ਖਾਣਾ ਲਿਆਉਂਗੇ ਰੋਜ਼-ਰੋਜ਼ ਉੱਪਰ ਦੀ ਚੀਲ ਨਹੀਂ ਲੰਘ ਸਕਦਾ ਦੀ ਰੋਜ਼-ਰੋਜ਼ ਚਿਕਨ ਨਹੀਂ ਦੇਖ ਸਕਦਾ ਬੋਟੀ ਨਹੀਂ ਖੇਡ ਸਕਦੀ ਇੱਕ ਦੁਰਘਟਨਾ ਹੋਗੀ ਇਹ ਤੁਸੀਂ ਤੁਹਾਡਾ ਸਵੱਬ ਬਣ ਗਿਆ ਸਵੱਬਾ ਬਣਿਆ ਇੱਕ ਇਹ ਤੁਸੀਂ ਮਾਰਿਆ ਨਹੀਂ ਇਹ ਤੁਹਾਡੇ ਲਈ ਕੋਈ ਪਾਪ ਨਹੀਂ ਹੈਗਾ ਤੁਸੀਂ ਇਹ ਖਾ ਸਕਦੇ ਹੋ ਕਿਉਂਕਿ ਤੁਸੀਂ ਮਾਰਿਆ ਹੀ ਨਹੀਂ ਤੁਹਾਡਾ ਤੁਹਾਡਾ ਦਿਮਾਗੀ ਤੌਰ ਤੇ ਨਹੀਂ ਸੀਗਾ ਇਹਨੂੰ ਮਾਰਨਾ ਤੇ ਉਹ ਘਟਨਾ ਕਰਕੇ ਜਿੰਨੇ ਵੀ ਬੁੱਧ ਨੂੰ ਮੰਨਣ ਵਾਲੇ ਹੈਗੇ ਨੇ ਦੇਸ਼ ਕਈ ਸਿੰਗਾਪੁਰ ਇੱਧਰ ਜਿੰਨੇ ਵੀ ਕੰਟਰੀਆਂ ਨੇ ਉਨਾਂ ਜਿੱਤੜੇ ایشੀਅਨ ਕੰਟਰੀ ਨੇ ਜੰਨੀਆਂ ਜੰਨੀਆਂ ਵੀ ਨੇ ਉਹ ਬੁੱਧ ਨੂੰ ਮੰਨਦੇ ਨੇ ਪਰ ਉਹ ਥੜੱਲੇ ਨਾਲ ਚਿਕਨ ਮੱਛੀ ਜੇ ਉਹ ਲਲਖਾ ਕਾ ਸਭ ਕੁਝ ਖਾ ਰਹੀਆਂ ਨੇ ਉਹ ਇੱਕ ਘਟਨਾ ਕਰਕੇ ਉਹਨੇ ਕਿਹਾ ਸੀ ਕਿ ਮਾਰਿਆ ਨਹੀਂ ਤੁਸੀਂ ਤੁਸੀਂ ਮਾਪ ਨਹੀਂ ਤੁਹਾਡੇ ਤੁਹਾਡੇ ਅਨੁਸਾਰ ਜਿਹੜਾ ਪਾਪ ਪੁੰਨ ਜਿਹੜਾ ਹੈ ਉਹ ਪਾਪ ਪੁੰਨ ਕੀ ਆ ਇੱਕ ਘਟਨਾ ਕਰਕੇ ਉਹ ਸਾਰੇ ਖਾ ਰਹੇ ਨੇ ਉਹ ਇੱਕ ਘਟਨਾ ਕਰਕੇ ਐਦਾਂ ਹੀ ਕੋਈ ਕੋਈ ਘਟਨਾ ਘਟਰੀ ਹੋਈ ਆ ਕਿ ਬੁੱਧ ਨੇ ਕਿਹਾ ਸੀ ਮੂਰਤੀ ਪੂਜਾ ਨਹੀਂ ਕਰਨੀ ਬੁੱਧ ਦੀਆਂ ਹੀ ਦੁਨੀਆ ਚ ਸਭ ਤੋਂ ਵੱਧ ਮੂਰਤੀਆਂ ਨੇ ਇਹ ਉਹਨੂੰ ਠੱਲ ਪਾਉਣ ਲਈ ਉਹਨੂੰ ਉਹਨੂੰ ਸੱਟਾਂ ਲਈ ਉਹ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਹੁਣ ਚਾਈਨਾ ਚੋਂ ਗੁਰੂ ਨਾਨਕ ਦੇਵ ਜੀ ਸਾਹਿਬ ਦੀਆਂ ਮੂਰਤੀਆਂ ਆਈਆਂ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਬਹੁਤ ਮੂਰਤੀਆਂ ਆਈਆਂ ਉਹਨਾਂ ਨੇ ਕੀ ਕੀਤਾ ਚਾਈਨਾ ਚਾਈਨਾ ਵਾਲੇ ਤਾਂ ਚਾਈਨਾ ਆਪ ਦੀਆਂ ਆ ਰਹੀਆਂ ਅੱਖਾਂ ਬਣਾ ਦਿੰਦੇ ਨੇ ਉਹੀ ਅੱਖਾਂ ਵਾਲੀਆਂ ਨਾਨਕ ਸਾਹਿਬ ਦੀਆਂ ਚਾਈਨੀਜ਼ ਅੱਖਾਂ ਬਣਾ ਕੇ ਨਾ ਉਹੀ ਮੂਰਤੀਆਂ ਆ ਗਈਆਂ ਸੀਗੀਆਂ ਬਾਜ਼ਾਰ 'ਚ ਤੁਹਾਡੇ ਤੁਹਾਡੇ ਕਹਿਣ ਦਾ ਭਾਵੇਂ ਆ ਵੀ ਜਿੱਦਾਂ ਦੇ ਲੋਕਾਂ ਦੀ ਸ਼ਕਲ ਹੁੰਦੀ ਹੈ ਉਹਨਾਂ ਦਾ ਰੱਬ ਵੀ ਉਦਾਂ ਦਾ ਹੁੰਦਾ ਹਾਂ ਉਹਨਾਂ ਨੂੰ ਲੱਗੇ ਕਿ ਚਾਈਨਿਸ ਗੁਰੂ ਨਾਨਕ ਦੇਵ ਜੀ ਵੀ ਚਾਈਨਿਸ ਆ ਗਏ ਉਵੇਂ ਹੀ ਚైనా ਆ ਰਗੇ ਆ ਅੱਖਾਂ ਬਣਾ ਕੇ ਆ ਗਏ ਸੀ ਬੜਾ ਮਸਲਾ ਉੱਠਿਆ ਸੀਗਾ ਪ੍ਰਬੰਧ ਆਪਣੇ ਹੈਗੇ ਆ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਕੀਤਾ ਸੀ ਸਾਰਾ ਲੋਟ ਤੇ ਪਰ ਹੁਣ ਗੁਰੂ ਨਾਨਕ ਦੇਵ ਸਾਹਿਬ ਦੀਆਂ ਮੂਰਤੀਆਂ ਬਿਕਦੀਆਂ ਨੇ ਹੁਣ ਆਪਾਂ ਕੀ ਕਹਿ ਸਕਦੇ ਹਾਂ ਉਸ ਬਾਰੇ ਅੱਛਾ ਤੁਸੀਂ ਇੱਕ ਇੱਕ ਮੈਨੂੰ ਗੱਲ ਇੱਕ ਮੈਨੂੰ ਗੱਲ ਤੁਸੀਂ ਦੱਸੋ ਅਮਰੀਕਾ ਦੀ ਟੋਟਲ ਆਬਾਦੀ ਜਿਹੜੀ ਉਹ 32 ਕਰੋੜ ਹੈ ਸਾਡੇ ਹਿੰਦੂਸਤਾਨ ਵਿੱਚ ਕਹਿੰਦੇ ਦੇਵਤੀ 33 ਕਰੋੜ ਹੈ ਹਾਂਜੀ ਇਹਦਾ ਜੇ 33 ਕਰੋੜ ਦੇਵਤੇ ਐ ਤੇ ਇਹਦਾ ਮਤਲਬ ਤਾਂ ਫਿਰ ਇਹ ਸੀ ਵੀ ਸਾਡੀ ਤਾਂ ਧਰਤੀ ਫੁੱਟ ਫੁੱਟ ਹਰ ਇੱਕ ਥਾਂ ਉਹ ਸਵਰਗ ਹੋ ਜਾਣੀ ਚਾਹੀਦੀ ਸੀ ਇਦਾਂ ਇਹ ਜਿੰਨਾ ਧਰਮ ਦੇ ਨਾਂ ਦੇ ਉੱਤੇ ਸਿਮਰਨ ਹੋ ਰਿਹਾ ਪੂਜਾ ਪਾਠ ਹੋ ਰਹੀ ਆ ਹਵਨ ਹੋ ਰਹੇ ਨੇ ਜਗ ਹੋ ਰਹੇ ਨੇ ਅਖੰਡ ਪਾਠ ਹੋ ਰਹੇ ਨੇ ਇਕੋਤਰੀਆਂ ਹੋ ਰਹੀਆਂ ਨੇ ਸਮਾਗਮ ਹੋ ਰਹੇ ਨੇ ਕਥਾਵਾਂ ਹੋ ਰਹੀਆਂ ਨੇ ਇਸ ਤੋਂ ਵੱਧ ਤੇ ਸੰਸਾਰ ਵਿੱਚ ਕਿਤੇ ਨਹੀਂ ਹੋਣੀਆਂ ਫੇਰ ਵੀ ਤੁਸੀਂ ਕੀ ਸਮਝਦੇ ਹੋ ਵੀ ਸਭ ਤੋਂ ਵੱਧ ਕਰਾਪਸ਼ਨ ਸਭ ਤੋਂ ਵੱਧ ਬਲਾਤਕਾਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਫੇਰ ਵੀ ਹਿੰਦੁਸਤਾਨ ਦੇ ਵਿੱਚ ਹੈ ਇਹਦਾ ਤੁਸੀਂ ਕੀ ਕਾਰਨ ਮੰਨਦੇ ਹੋ ਬਾਈ ਜੀ ਗੱਲ ਸੁਣ ਲਓ ਹੁਣ ਕਰੋਨਾ ਆਇਆ ਕਰੋਨਾ ਆਇਆ ਸਭ ਤੋਂ ਪਹਿਲਾਂ ਗੁਰਦੁਆਰੇ ਮੰਦਰੀ ਬੰਦ ਕੀਤੇ ਗਏ ਨੇ بس ਇਹ ਦੁਬਾਰਦ ਮੈਂ ਕੁਛ ਨਹੀਂ ਕਹਿਣਾ। ਹੁਣ ਦੁੱਖ ਦੀ ਘੜੀ ਜਿੱਥੇ ਸਭ ਤੋਂ ਜ਼ਿਆਦਾ ਆਪਾਂ ਨੂੰ ਹੁੰਦਾ ਨਾ ਹੁਣ ਮੰਨ ਲਓ ਕਿ ਮੈਂ ਤੁਹਾਡੇ ਤੇ ਕੋਈ ਟੇਕ ਰੱਖੀ ਹੋਈ ਆ ਕਿ ਮੈਂ ਮੇਰਾ ਚੈਨਾ ਵੀਰ ਆ ਮੈਨੂੰ ਜਦ ਤੱਕ ਕੋਈ ਟੈਨਸ਼ਨ ਨਹੀਂ ਗਈ। ਹੁਣ ਮੇਰੇ ਤੇ ਬਿਫਤਾ ਆਈ ਤਾਂ ਮੈਂ ਚੈਨਾ ਵੀਰ ਨੂੰ ਕਿਹਾ ਚੈਨਾ ਵੀਰ ਕੋਲ ਆਇਆ ਚੈਨਾ ਵੀਰ ਨੇ ਆਪਦੇ ਦਰਵਾਜ਼ੇ ਲਾ ਲਏ। ਨਹੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ। ਪਿਛਲੇ ਦਿਨੀ Dainik Pasak ਅਖਬਾਰ ਦੇ ਉੱਪਰ ਹੀ ਰਿਪੋਰਟ ਆਈ ਸੀ ਵੀ ਕੋਰੋਨਾ ਦੇ ਅਧੀਨ ਜਿੰਨਾ ਰਾਸ਼ਨ ਪੂਰੇ ਹਿੰਦੁਸਤਾਨ ਵਿੱਚ ਵੰਡਿਆ ਗਿਆ। ਉਹਦੇ ਵਿੱਚੋਂ 49% ਕਲੇ ਪੰਜਾਬ ਦੇ ਲੋਕਾਂ ਨੇ ਆਸ-ਪਾਸ ਦੇ ਲੋਕਾਂ ਨੂੰ ਵੰਡਿਆ ਜੀ ਔਰ ਉਹਨਾਂ ਵਿੱਚ ਜ਼ਿਆਦਾ ਉਹ ਲੋਕ ਨੇ ਧਰਮ ਨੂੰ ਮੰਨਣ ਵਾਲੇ ਲੋਕ ਨੇ ਜੀ ਇਟ ਮੀਨਸ ਜੇ ਕਰੋਨਾ ਦੇ ਵਿੱਚ ਮੰਦਰ ਜਾਂ ਗੁਰਦੁਆਰੇ ਬੰਦ ਵੀ ਹੋ ਗਏ ਹਾਂਜੀ ਤੇ ਜਿਹੜੇ ਗੁਰਦੁਆਰੇ ਆਉਣ ਜਾਣ ਵਾਲੇ ਲੋਕ ਸੀ ਉਹਨਾਂ ਨੇ ਆਪਣੇ ਦਰਵਾਜ਼ੇ ਜਾਂ ਆਪਣੇ ਦਿਲ ਨਹੀਂ ਕਿਸੇ ਦੀ ਮਦਦ ਦੇ ਲਈ ਬੰਦ ਕੀਤੇ ਉਹ ਦਿਲੋਂ ਲੰਗਰ ਲਾ ਕੇ ਥਾਂ-ਥਾਂ ਰਸਨ ਪਹੁੰਚਾ ਕੇ ਉਹ ਆਪਣਾ ਰਸਨ ਪਹੁੰਚਾਉਂਦੇ ਰਹੇ ਆਪਣਾ ਫਰਜ਼ਤੇ ਨਿਭਾਉਂਦੇ ਹੀ ਰਹੇ ਨਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਧਰਮ ਨੇ ਕੋਈ ਕੁਝ ਨਹੀਂ ਕੀਤਾ ਮੈਂ ਇਦਾਂ ਨਹੀਂ ਕਹਿੰਦਾ ਕਿ ਧਰਮ ਨੇ ਕੁਝ ਨਹੀਂ ਕੀਤਾ ਇਹ ਧਰਮ ਨੂੰ ਆਪਾਂ ਧਰਮ ਤੇ ਜਾਵਾਂਗੇ ਨਾ ਤਾਂ ਬਹੁਤ ਅੱਗੇ ਅੱਗੇ ਕਿਵੇਂ ਨਾ ਇੱਕ ਇੱਕ ਕਾਨੂੰਨ ਦੇ ਵਿੱਚ ਹੁੰਦਾ ਵਾ ਕਿ 302 ਆਈਪੀਸੀ 302 ਆ ਇਹਦੇ ਵਿੱਚ ਵੀ ਕਈ ਆ ਜਾਂਦੀਆਂ ਨੇ ਇਹਦੇ ਅੱਗੇ ਅੱਗੇ ਸੈਕਸ਼ਨ ਆਈ ਜਾਣਗੇ ਹੁਣ ਧਰਮ ਦੇ ਵਿੱਚ ਅੱਗੇ ਅੱਗੇ ਜਿੰਮੇ ਜਾਈਗ ਜਾਣਗੇ ਹੁਣ ਕਈ ਬੰਦੇ ਨੇ ਉਹ ਧਰਮ ਨੂੰ ਮੰਨਦੇ ਨਹੀਂ ਪਰ ਉਹਨਾਂ ਨੇ ਉਹਨਾਂ ਨੇ ਲੰਗਰ ਵੀ ਲਾਇਆ ਸਾਰਾ ਕੁਝ ਲਾਇਆ ਇਹ ਧਰਮ ਲੰਗਰ ਜੇਪ ਕਹਿਦੀ ਨਾ ਸਾਰੇ ਉਹ ਧਰਮੀਆਂ ਬੰਦਿਆਂ ਨੇ ਬੰਡੇ ਆ ਇਹ ਵੀ ਤੁਸੀਂ ਗਲਤ ਹੋ ਮੈਂ ਨਹੀਂ ਮੰਨਦਾ ਕਿ ਸਾਰੇ ਧਰਮੀਆਂ ਨੇ ਇਹ ਕਈ ਬੰਦੇ ਹੁੰਦੇ ਨੇ ਕਿ ਹਾਂ ਜਾਨਕੀ ਜਿਨ੍ਹਾਂ ਦੇ ਵਿੱਚ ਦਿਲ ਹਜੇ ਹੈਗਾ ਵਾ ਦਇਆ ਦਇਆ ਅੰਦਰ ਹੈਗੀ ਹੈ ਇਨਸਾਨ ਪ੍ਰਤੀ ਉਹਨਾਂ ਨੇ ਬਹੁਤ ਕੁਝ ਕੀਤਾ ਵਾ ਤੇ ਆਪਣਾ सोनू सूद ਐਕਟਰ ਉਹਨੇ ਬਹੁਤ ਕੁਛ ਕੀਤਾ ਵਾ ਉੱਥੇ ਜਾ ਕੇ ਉਹਨੂੰ ਆਪਾਂ ਕੀ ਕਵਾਂਗੇ ਕਿ ਉਹਨੇ ਕਿਸੇ ਕਿਸੇ ਗੁਰਦੁਆਰੇ ਦੇ ਅੰਦਰ ਆ ਕੇ ਜਾਂ ਕਿਸੇ ਧਰਮ ਮੰਦਰ ਆ ਕੇ ਕੰਮ ਕੀਤਾ ਨਹੀਂ ਧਰਮ ਹੀ ਬੰਦੇ ਨਹੀਂ ਜਿਹੜੇ ਬੰਦੇ ਜਿਹੜੇ ਮੰਨਦੇ ਨੇ ਕਿ ਹਾਂ ਵੀ ਇਨਸਾਨੀਅਤ ਨਾਂ ਦੀ ਚੀਜ਼ ਹੁੰਦੀ ਆ ਉਹਨਾਂ ਨੇ ਲੰਗਰ ਲਾਏ ਨੇ ਇਹ ਤੁਹਾਡੇ ਤੁਹਾਡੇ ਕਹਿੰਦਾ ਭਾਵੇਂ ਆ ਵੀ ਇਨਸਾਨ ਦੀ ਮਦਦ ਕਰਨੀ ਤੇ ਇਨਸਾਨ ਦੇ ਭਾਵਨਾਵਾਂ ਦਾ ਖਿਆਲ ਰੱਖਣਾ ਉਹਨਾਂ ਦੀ ਮਦਦ ਕਰਨੀ ਜ਼ਰੂਰਤਾਂ ਤੇ ਧਿਆਨ ਰੱਖਣਾ ਇਹ ਇਹ ਵੀ ਇਹ ਹੀ ਸੱਚਾ ਧਰਮ ਹੈ ਇਹੀ ਰੱਬ ਹੈ ਜੇ ਤੁਸੀਂ ਰੱਬ ਨਾਂ ਨੂੰ ਕੋਈ ਕਹਿੰਦੇ ਹੋ ਕਿ ਰੱਬ ਹੈਗਾ ਤਾਂ ਇਹੀ ਰੱਬ ਆ ਤੁਸੀਂ ਇਹਨੂੰ ਹੀ ਰੱਬ ਮੰਨੋ ਹੋਰ ਤੁਸੀਂ ਕਹਿ ਦੋ ਕਿ ਤੇ ਉੱਪਰ ਚੀਜ਼ ਅੱਛਾ ਜਦੋਂ ਆਪਾਂ ਨਾ ਉਹ ਹੀ ਹੋਈ ਸੀ ਕਿ ਹਾਂ ਕਿਸੇ ਨੇ ਦੱਸਿਆ ਸੀ ਕਿ ਰੱਬ ਐਵੇਂ ਆ ਉੱਪਰ ਵਾਲਾ ਕਰਦਾ ਸਾਰਾ ਕੁਝ ਤਾਂ ਉਹ ਬੰਦੇ ਨੇ ਇਹ ਕਹਿਿਆ ਸੀ ਉੱਪਰ ਵਾਲਾ ਕਰਦਾ ਮਤਲਬ ਉਹਨੇ ਆਹ ਕਹਿਿਆ ਸੀ ਆਹ ਆਪਣਾ ਉੱਪਰ ਵਾਲਾ ਇਹ ਕਰਦਾ ਉਹਦਾ ਹੱਥ ਥੋੜੇ ਜਿਹਾ ਹੀ ਆਏ ਰਹਿ ਗਿਆ ਲੋਕੀ ਉਧਰ ਨੂੰ ਤੁਰ ਪਏ ਬਸ ਸਿੱਧਾ ਉਧਰ ਨੂੰ ਹੀ ਹੋ ਗਏ ਉੱਪਰ ਨੂੰ ਹੁਣ ਉੱਥੋਂ ਹੀ ਲੱਭਦੇ ਨੇ ਕਿ ਉੱਥੋਂ ਆਊ ਕੁਝ ਉੱਪਰੋਂ ਇਹ ਆ ਆਪਣਾ ਉੱਪਰ ਵਾਲਾ ਇਹੀ ਕਰਦਾ ਸਾਰਾ ਕੁਝ ਇਹ ਦਿਮਾਗ ਇਹ ਦਿਮਾਗ ਆ ਇਹੀ ਕਰਦਾ ਇਹਨੂੰ ਹੀ ਉੱਪਰਲਾ ਕਹਿੰਦੇ ਆ ਕਿ ਉੱਪਰ ਵਾਲਾ ਸਿਰ ਦਾ ਸਾਈ ਜੋ ਵੀ ਆਪਣਾ ਇਹੀ ਆ ਹੁਣ ਆਪਣਾ ਨਾ ਦਿਮਾਗ ਹੈ ਨਾ ਕਿਹੜਾ ਦਿਮਾਗ ਆਪਣਾ ਦਰਸ਼ਕੋ ਇਹ ਬੜੀ ਇੱਕ ਇੱਕ ਅਨੋਖੀ ਜੀ ਔਰ ਬੜੀ ਇੱਕ ਵਧੀਆ ਇਹਨਾਂ ਨੇ ਜਿਹੜੀ ਸੀ ਉਹ ਸਾਨੂੰ ਦੱਸਿਆ ਵੀ ਉੱਪਰ ਵਾਲਾ ਆਪਾਂ ਕਹਿੰਦੇ ਉੱਪਰ ਵਾਲਾ ਰੱਬ ਹੁੰਦਾ ਹੈ ਇਹ ਕਹਿੰਦੇ ਉੱਪਰ ਵਾਲੇ ਦਾ ਅਰਥ ਸੀ ਇਹ ਦਿਮਾਗ ਇਹ ਬੁੱਧੀ ਇਹ ਸੋਚ ਇਹਦੇ ਵਿੱਚੋਂ ਜਿਹੜਾ ਹੈ ਚੰਗੇ ਗੁਣ ਨਿਕਲਦੇ ਨੇ ਜਦੋਂ ਇਸ ਬੁੱਧੀ ਇਸ ਦਿਮਾਗ ਵਿੱਚੋਂ ਚੰਗੇ ਗੁਣ ਨਿਕਲਦੇ ਨੇ ਤੇ ਉਹ ਧਰਮ ਬਣ ਜਾਂਦਾ ਜਦੋਂ ਇਸੇ ਦਿਮਾਗ ਇਸੇ ਬੁੱਧੀ ਦੇ ਵਿੱਚੋਂ ਔਗਣ ਨਿਕਲਦੇ ਨੇ ਭ੍ਰਿਸ਼ਟਾਚਾਰ ਨਿਕਲਦਾ ਬੇਈਮਾਨੀ ਨਿਕਲਦੀ ਆ ਤੇ ਉਹ ਅਧਰਮ ਬਣ ਜਾਂਦਾ ਤੁਸੀਂ ਇਹੀ ਕਹਿਣਾ ਚਾ ਰਹੇ ਹੋ ਇਹੀ ਕਹਿਣਾ ਚਾਹੁੰਦਾ ਤੇ ਜਦੋਂ ਨਾ ਆਪਣੇ ਦਿਮਾਗ ਦੇ ਵਿੱਚ ਆਪਣਾ ਕਿਹੜਾ ਦਿਮਾਗ ਆ ਉਹ ਤਿੰਨ ਪਾਰਟ ਚ ਵੰਡਿਆ ਗਿਆ ਹੁੰਦਾ ਜਦੋਂ ਉਹ ਉਹ ਸਾਰਾ ਕੁਝ ਕਰਦਾ ਵਾ ਇਹੀ ਆਪਾਂ ਕਹਿੰਦੇ ਕਿ ਉੱਪਰਲਾ ਕਿਰਪਾ ਕਰ ਦੇਵੇ ਕਮ ਆਏ ਹੋ ਜੂ ਮਤਲਬ ਦਿਮਾਗ ਜਿੱਦਣ ਚੱਲ ਪਿਆ ਉਸ ਦਿਨ ਕਿਰਪਾ ਸ਼ੁਰੂ ਹੋਗੀ ਉਹ ਤਾਂ ਉਹ ਤੋਂ ਜੇ ਜੇ ਮੰਨ ਲਓ ਤੁਸੀਂ ਕਿਸੇ ਨੂੰ ਰੱਬ ਮੰਨ ਲਿਆ ਮੰਨ ਲਓ ਤੁਸੀਂ ਤੁਹਾਡਾ ਕੋਈ ਰੱਬ ਹੈਗਾ ਵਾ ਇਹ じゃ ਕਿਹੜਾ ਰੱਬ ਆ ਕਿੜਾ ਔਖੇ ਟਾਈਮ ਤੁਹਾਡੇ ਨਾਲ ਖੜ ਨਹੀਂ ਰਿਹਾ ਇਹਦਾ ਮਤਲਬ ਜਦੋਂ ਤੁਹਾਡਾ ਦਿਮਾਗ ਚੱਲ ਪਿਆ ਜਦੋਂ ਕਿਹਾ ਗਿਆ ਸੀ ਨਾ ਕਿ ਹਾਂ ਕਿ ਜਦੋਂ ਕੋਈ ਆ ਪਿੱਪਲ ਦੀ ਪੂਜਾ ਹੋਈ ਆ ਪਿੱਪਲ ਦੀ ਪੂਜਾ ਮਤਲਬ ਕੋਈ ਕੋਈ ਲੇਡੀ ਜਾਂਦੀ ਆ ਕਿ ਪਿੱਪਲ ਦੀ ਪੂਜਾ ਕਰਦੀ ਆ ਕਿ ਉੱਥੇ ਜਾ ਕੇ ਉਹ ਬੰਦਾ ਇਹ ਮੈਂ ਜਾਨਕੀ ਪੜੀ ਹੋਈ ਗੱਲ ਆ ਮੈਂ ਆਪਦੀ ਨਹੀਂ ਕਹਿੰਦਾ ਕਿ ਤੂੰ ਸੁਣੀ ਸੁਣਾਈ ਗੱਲ ਆ ਪਰ ਇਹ ਲੌਜੀਕ ਲੱਗਿਆ ਮੈਨੂੰ ਇਹ ਗੱਲ 'ਚ ਕੋਈ ਬੰਦਾ ਹ ਹਸਬੰਡ ਹਸਬੰਡ ਵਾਈਫ ਲੜ ਪੇ ਤਾਂ ਉਹ ਆ ਗਈ ਬੰਦੇ ਕੋਲ ਉਹ ਬੰਦੇ ਸਿਆਣੇ ਕੋਲ ਜਾਂਦੀ ਆ ਤੇ ਕਹਿੰਦੀ ਜੀ ਐਂ ਕਰਕੇ ਉਹ ਸਿਆਣਾ ਬੰਦਾ ਸੀਗਾ ਸਿਆਣਾ ਜਾਨੀ ਕਹਿੰਦਾ ਮੈਂ ਸਿਆਣੇ ਵੀ ਦੀ ਵੀ ਗੱਲ ਤੇ ਆਉਂਗਾ ਕਿ ਸਿਆਣਾ ਕੌਣ ਹੁੰਦਾ ਉਹ ਕਿਸੇ ਵਧੀਆ ਬੰਦੇ ਕੋਲ ਜਾਂਦੀ ਆ ਸਿਆਣੇ ਜਿਹੇ ਕੋਲ ਕਿ ਹਾਂ ਵੀ ਉਹ ਕਹਿੰਦਾ ਐਂ ਕਰਦਾ ਕਿ ਪਿੱਪਲ ਦੇ ਨਾ ਸੱਤ ਗੇੜੇ ਕੱਢਿਆ ਤੇ ਫਿਰ ਤੈਨੂੰ ਮੈਂ ਫਿਰ ਤੈਨੂੰ ਆਪ ਹੀ ਇਹਦਾ ਆਨਸਰ ਲੱਭ ਜਾਣਾ ਉੱਥੇ ਹੀ ਆਨਸਰ ਆ ਤੇਰਾ ਪਿੱਪਲ ਦੇ ਆਲੇ-ਦਾਲੇ ਦਰਸਲ ਉਹ ਪਿੱਪਲ ਦੇ ਆਲੇ-ਦਾਲੇ ਜਿਹੜੇ ਕੱਡੂਗੀ ਕਿਹੜਾ ਪਿੱਪਲ ਇੱਕ ਐਵੇਂ ਦਾ ਬ੍ਰਿਕਸ਼ਾ ਜਿਹੜਾ ਆਕਸੀਜਨ ਬਹੁਤ ਵੱਡੇ ਪੈਮਾਨੇ ਤੇ ਛੱਡਦਾ ਵਾ ਇੰਨਾ ਇਹ ਇਹ ਦਰਖਤ ਇੰਨੇ ਪਵਾਨੇ ਤੇ ਨਹੀਂ ਛੱਡਦੇ ਆਕਸੀਜਨ ਜਿੰਨਾ ਪਿੱਪਲ ਛੱਡਦਾ ਹੁਣ ਜਦੋਂ ਦਿਮਾਗ ਦਿਮਾਗ ਜਦੋਂ ਆਪਾਂ ਗੁੱਸੇ 'ਚ ਹੁੰਨੇ ਆ ਤਾਂ ਆਕਸੀਜਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ ਜਦੋਂ ਆਕਸੀਜਨ ਦੀ ਜ਼ਿਆਦਾ ਜ਼ਰੂਰਤ ਹੋਊਗੀ ਤਾਂ ਆਪਣਾ ਦਿਮਾਗ ਸ਼ਾਂਤ ਹੋਊਗਾ ਜਦੋਂ ਹੁਣ ਪਿੱਪਲ ਦੇ ਆਲੇ-ਦਾਲੇ ਆਪਾਂ ਗੇੜੇ ਕੱਢਾਂਗੇ ਆਕਸੀਜਨ ਦੀ ਮਾਤਰਾ ਬਹੁਤ ਮਿਲੂਗੀ ਤਾਂ ਦਿਮਾਗ ਵੀ ਸ਼ਾਂਤ ਹੋ ਜੂ ਜਦੋਂ ਦਿਮਾਗ ਸ਼ਾਂਤ ਆਜੂ ਫਿਰ ਸੋਚਾਂਗੇ ਹਾਂ ਮੇਰੇ ਬੱਚੇ ਨੇ ਮੈਂ ਆਪਣੇ ਕੀ ਪੇਕਿਆਂ ਦੇ ਘਰੇ ਮੂੰਹ ਲੈ ਕੇ ਜਾਉਂਗੀ ਉਹ ਫਿਰ ਦਿਮਾਗ ਦੇ ਲੇਡੀਜ਼ ਦੇ ਬਹੁਤ ਕੁਝ ਆ ਜਾਂਦਾ ਉਹਨੂੰ ਲੱਗਦਾ ਕਿ ਹੁਣ ਫਿਰ ਮੈਨੂੰ ਹੱਲ ਲੱਭ ਗਿਆ ਪਿੱਪਲ ਦੇ ਆਲੇ-ਦਾਲੇ ਇਹ ਕਰਕੇ ਉਹ ਪਿੱਪਲ ਦੇ ਆਲੇ-ਦਾਲੇ ਇਹ ਪਿੱਪਲ ਨੂੰ ਤਾਂ ਹੀ ਤਾਂ ਕੱਟਿਆ ਨਹੀਂ ਜਾਂਦਾ ਚਾਹੇ ਵਿਚਾਲੇ ਹੋਵੇ ਰੋਡ ਦੇ ਇਹ ਤਾਂ ਇਦਾਂ ਇਹ ਤਾਂ ਅਰਸ਼ਦੀਪ ਸਿੰਘ ਜੀ ਤੁਸੀਂ ਕਹਿ ਰਹੇ ਹੋ ਪਰ ਜਿਹੜੀ ਉਹ ਲੇਡੀਜ਼ ਉਹ ਪਿੱਪਲ ਦੇ ਆਲੇ-ਦੁਆਲੇ ਘੁੰਮ ਰਹੀਆਂ ਨਾ ਉਹਦੇ ਦਿਮਾਗ ਵਿੱਚ ਥੋੜਾ ਇਦਾਂ ਦਾ ਕੁਝ ਹੋਏਗਾ ਉਹ ਜਦੋਂ ਆਪਣੇ ਆਕਸੀਜਨ ਦੀ ਮਾਤਰਾ ਬਹੁਤ ਹੋ ਜਾਂਦੀ ਹੈ ਨਾ ਜਾਨੀ ਪ੍ਰੋਪਰ ਦਿਮਾਗ ਨੂੰ ਆਕਸੀਜਨ ਦੀ ਮਾਤਰਾ ਮਿਲਣ ਲੱਗ ਜਾਂਦੀ ਆ ਤਾਂ ਆਪਣਾ ਵਰਕ ਕਰਨ ਲੱਗ ਜਾਂਦਾ ਦਿਮਾਗ ਦਿਮਾਗ ਵਧੀਆ ਤਰੀਕੇ ਨਾਲ ਸੁਚਾਰੂ ਢੰਗ ਨਾਲ ਕੰਮ ਕਰਨ ਲੱਗ ਜਾਂਦਾ ਪਰ ਉਹ ਤਾਂ ਉਹ ਤਾਂ ਬਾਬਾ ਮੰਨਦੀ ਆ ਨਾ ਪਿੱਪਲ ਨੂੰ ਉਹਦੇ ਮੰਨਣ ਨਾਲ ਜੋ ਜੋ ਮਰਜੀ ਬੰਨੀ ਜਾਵੇ ਮੈਂ ਨਹੀਂ ਉਹਨੂੰ ਕਹਿੰਦਾ ਕਿ ਉਹਦੀ ਆਸਥਾ ਬਣ ਗਈ ਉਹਦੇ ਚ ਪਰ ਅਸਲ ਚ ਮੇਰਾ ਮੰਨਣਾ ਇਹ ਹੈ ਕਿ ਉਹ ਜਦੋਂ ਨਾ ਐਵੇਂ ਦੇ ਬਹੁਤ ਰੀਤੀ ਰਿਵਾਜ ਆਪਣੇ ਐਵੇਂ ਦੇ ਹੀ ਬਣ ਗਏ ਕਿ ਐਂ ਕਰਨ ਵਾਲਾ ਆਇ ਹੋ ਜਾਂਦਾ ਐ ਉਹ ਸਮੇਂ ਪੁਰਾਣੇ ਦੀਆਂ ਜ਼ਰੂਰਤਾਂ ਹੁੰਦੀਆਂ ਸੀ ਤੇ ਕਿ ਹੁਣ ਉਹ ਆਪਣੇ ਰੀਤੀ ਰਿਵਾਜ ਬਣੇ ਹੋਏ ਨੇ ਕਿਵੇਂ ਤੁਹਾਨੂੰ ਪਤਾ ਹੀ ਆ ਕੋਈ ਕਈ ਰੀਤੀ ਰਿਵਾਜ ਤੁਹਾਨੂੰ ਜੋ ਵੀ ਤੁਸੀਂ ਕਹਿੰਗੇ ਮੈਂ ਤੁਹਾਨੂੰ ਦੱਸ ਵੀ ਸਕਦਾ ਹਾਂ ਬੀ ਰੀਤੀ ਰਿਵਾਜਾਂ ਬਾਰੇ ਜਿਵੇਂ ਵੀ ਕੋਈ ਬਹਿਮ ਪਰਮ ਤੁਹਾਨੂੰ ਪੈ ਗਿਆ ਕਿਸੇ ਨੂੰ ਵੀ ਕਿ ਜਾਂਡ ਦੇ ਦਰਖਤ ਦੇ ਨੂੰ ਲਾਲ ਕਪੜਾ ਬੰਨਿਆ ਜਾਂਦਾ ਕਿਉਂ ਬੰਨਿਆ ਜਾਂਦਾ ਦਰਅਸਲ ਜੇ ਤੁਸੀਂ ਚੰਡੀਗੜ੍ਹ ਦੀਆਂ ਹੀ ਪੁਰਾਣੀਆਂ ਫੋਟੋਆਂ ਦੇਖੋ ਨਾ ਤੁਸੀਂ ਨੈਟ ਤੇ ਕੱਢ ਕੇ ਤਾਂ ਦੂਰ ਦੂਰ ਤੱਕ ਦਰਖਤ ਹੀ ਨਹੀਂ ਹੈਗਾ ਕੋਈ ਬਿਲਡਿੰਗ ਦਿਖੂਗੀ ਦੂਰ ਦੂਰ ਤੱਕ ਦਰਖਤ ਪਹਿਲਾਂ ਦਰਖਤ ਨੂੰ ਪੈਦਾ ਕਰਨਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਸੀ ਕਿਉਂਕਿ ਡੰਗਰ ਬੱਚੇ ਬਾਹਰ ਹੀ ਖੁੱਲੇ ਰਹਿੰਦੇ ਥੋੜਾ ਜਿਹਾ ਦਰਖਤ ਹੁੰਦਾ ਸੀ ਡੰਗਰ ਬੱਛਾ ਕਿਸੇ ਦਾ ਵੀ ਖੁੱਲਾ ਖਾ ਜਾਂਦਾ ਸੀਗਾ ਤੇ ਫਿਰ ਕਿਸੇ ਸਿਆਣੇ ਬੰਦੇ ਨੇ ਕਿਹਾ ਯਾਰ ਇਹਦੇ ਆਲੇ-ਦਾਲ ਇਹਨਾਂ ਲਾਲ ਕੱਪੜਾ ਬੰਨੋ ਤੇ ਡੰਗਰ ਡਰੂਗਾ ਇਹ ਤੋਂ ਪਸ਼ੂ ਤੇ ਫਿਰ ਦਰਖਤ ਬਚ ਜੂ ਹੁਣ ਉਹ ਲਾਲ ਕੱਪੜਾ ਬੰਨਦੇ ਸੀ ਦਰਖਤ ਨੂੰ ਬੜਾ ਕਰਨ ਲਈ ਬਚਾਉਣ ਲਈ ਡੰਗਰ ਪਸ਼ੂ ਤੋਂ ਬਸ ਉਹ ਰੀਤੀ ਬਣ ਗਈ ਆਪਣੇ ਕਿ ਲਾਲ ਕੱਪੜਾ ਬੰਨ ਦੋ ਰੀਜਨ ਕੋਈ ਨਹੀਂ ਹੈ ਅਸ਼ਦੀਪ ਸਿੰਘ ਜੀ ਕਿਹੜੇ ਤੁਸੀਂ ਵਿਗਿਆਨਕ ਜੁਗ ਦੀਆਂ ਗੱਲਾਂ ਕਰਦੇ ਹੋ ਦੁਨੀਆ ਦੀ ਹਾਲਤ ਇੰਡੀਅਨ ਭਾਰਤੀ ਲੋਕਾਂ ਦੀ ਹਾਲਤ ਇਹ ਹੋਈ ਹੈ ਚੰਗਾ ਪੜਾ 100 ਤਕੜਾ ਤਾਕਤਵਰ ਪੜਿਆ ਲਿਖਿਆ ਬੰਦਾ ਸੜਕ ਤੇ ਤੁਰਿਆ ਜਾਂਦਾ ਹੋਵੇ ਨਾ ਜੀ ਰਸਤੇ 'ਚ ਬਿੱਲੀ ਲੰਗ ਜਿੱਤੇ ਰਸਤਾ ਛੱਡ ਜਾਂਦਾ ਹਾਂਜੀ ਠੀਕ ਐ ਚਾਰ ਪਰੋਣੇ ਨੇ ਘਰੇ ਆਉਣਾ ਹੋਵੇ ਤੇ ਤੇਲ ਚੋਂਦੇ ਆ ਜੀ ਕਿੱਥੇ ਲੋਕ ਪੜ ਗਏ ਨੇ ਕਿੱਥੇ ਸੋਚ ਆ ਗਈ ਵਿਗਿਆਨਕ ਯੁੱਗ ਫੇਰ ਦਰਖਤਾਂ ਉੱਤੇ ਤੇਲ ਪਾਈ ਜਾਂਦੇ ਨੇ ਜੀ ਥਾਂ ਥਾਂ ਦੇ ਉੱਤੇ ਤੁਸੀਂ ਦੇ ਖੜਕਾਂ ਦੇ ਕਿਨਾਰੇ ਪੀਰਾਂ ਦੀਆਂ ਮਜਾਰਾ ਬੰਦੀਆਂ ਪਈਆਂ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਵਿਗਿਆਨਕ ਯੁੱਗ 'ਚ ਵਾਧਾ ਹੋ ਰਿਹਾ ਹੁਣ ਮੈਂ ਤੁਹਾਨੂੰ ਦੱਸਦਾ ਬਿੱਲੀ ਦਾ ਰਾਹ ਕੱਟਣ ਦਾ ਕਾਰਨ ਜਦੋਂ ਨਾ ਤੁਸੀਂ ਕੋਈ ਕੰਮ ਚਲੇ ਜਾਓ ਤੁਸੀਂ ਚਲੇ ਜਾਓ ਕੰਮ ਜੇ ਤਾਂ ਤੁਹਾਡਾ ਕੰਮ ਬਣ ਗਿਆ ਉਹ ਜੇ ਤੁਹਾਡਾ ਕੰਮ ਬਣ ਗਿਆ ਮੰਨ ਲਓ ਤੁਸੀਂ ਕੋਈ ਇੰਟਰਵਿਊ ਦੇਣ ਜਾ ਰਹੇ ਹੋ ਤੁਹਾਨੂੰ ਤਾਂ ਜੌਬ ਮਿਲ ਗਈ ਫਿਰ ਨਹੀਂ ਤੁਸੀਂ ਸੋਚਣਾ ਕਿ ਪਿੱਛੇ ਕੀ ਹੋਇਆ ਸੀ ਮੈਨੂੰ ਕੌਣ ਟੱਕਰਿਆ ਸੀ ਤਾਈ ਟੱਕਰੀ ਸੀ ਖਾਲੀ ਭਾਂਡਾ ਟੱਕਰਿਆ ਸੀ ਬਿੱਲੀ ਟੱਕਰੀ ਸੀ ਫਿਰ ਤੁਸੀਂ ਕੁਝ ਨਹੀਂ ਸੋਚਣਾ ਜਦੋਂ ਤੁਹਾਡਾ ਕੰਮ ਨਾ ਬਣਿਆ ਨਾ ਫਿਰ ਤੁਹਾਡੇ ਦਿਮਾਗ 'ਚ ਬਹੁਤ ਕੁਝ ਆਉਣਾ ਅੱਜ ਯਾਰ ਸਵੇਰੇ ਟੱਕਰਿਆ ਕੌਣ ਸੀ ਮੈਨੂੰ ਲੈ ਅੱਜ ਤਾਈ ਟੱਕਰੀ ਸੀ ਅੱਜ ਮੈਨੂੰ ਉਹ ਟੱਕਰ ਗਿਆ ਅੱਜ ਮੈਨੂੰ ਆਹ ਟੱਕਰ ਗਿਆ ਲੈ ਬਿੱਲੀ ਨੰਗੀ ਰਸਤ ਕੰਮ ਕਿੱਥੇ ਹੋਣਾ ਸੀ ਅੱਛਾ ਜਦੋਂ ਹੁਣ ਆਪਣੇ ਦਿਮਾਗਾਂ ਚ ਤਿਆਰ ਕੀਤਾ ਗਿਆ ਬਿੱਲੀ ਨੰਗੀ ਤਾਂ ਸਾਡਾ ਕੰਮ ਨਹੀਂ ਬਣਨਾ ਅਸਲ ਚ ਕੀ ਆ ਇਹ ਦਿਮਾਗੀ ਜਦੋਂ ਤੁਸੀਂ ਤੁਹਾਡੇ ਦਿਮਾਗ ਚ ਨੈਗੇਟਿਵਿਟੀ ਆ ਗਈ ਨਾ ਇਹ ਸਾਰੀਆਂ ਨੈਗੇਟਿਵਿਟੀ ਵਾਲੀਆਂ ਚੀਜ਼ਾਂ ਨੇ ਕਿਉਂਕਿ ਆਪਣੇ ਆਪਾਂ ਨੂੰ ਸਿਖਾਈ ਇਹ ਹੀ ਜਾਂਦਾ ਜਦੋਂ ਦਿਮਾਗ ਚ ਇੱਕ ਵਾਰ ਨੈਗੇਟਿਵਿਟੀ ਆ ਗਈ ਨਾ ਆਪਣੇ ਕਿ ਜੀ ਬਿੱਲੀ ਰਾਹ ਕੱਟ ਗਈ ਤੁਹਾਡੇ ਦਿਮਾਗ ਚ ਕੰਮ ਹੋਣਾ ਕਿ ਲਾਜ ਮੇਰਾ ਕੰਮ ਬਣਨਾ ਹੀ ਨਹੀਂ ਤੁਸੀਂ ਆਪ ਹੀ ਢੇਰੀ ਢਾਤੀ ਥੋੜਾ ਕੰਮ ਬਣਨਾ ਹੀ ਨਹੀਂ ਤੁਸੀਂ ਜਦੋਂ ਆਪ ਹੀ ਨੈਗੇਟਿਵਿਟੀ 'ਚ ਆ ਗਏ ਜਾਂ ਤੁਹਾਨੂੰ ਕੋਈ ਤਾਈ ਚਾਚੀ ਜਾਂ ਕੋਈ ਐਵੇਂ ਦਾ ਹੁਣ ਪਹਿਲਾਂ ਗੱਲਾਂ ਹੁੰਦੀਆਂ ਸੀ ਕਿ ਜੇ ਲੰਬੜਦਾਰ ਟੱਕਰ ਜਵੇ ਨਾ ਲੰਬੜਦਾਰ ਹੋ ਲੰਬੜਦਾਰ ਆਵੇ ਤਾਂ ਇਧਰ ਉਧਰ ਹੋ ਜਾਓ ਲੋਕੀ ਕਹਿੰਦੇ ਹੁੰਦੇ ਸੀ ਮੇਰੇ ਆਪਦੇ ਫਾਦਰ ਸਾਹਿਬ ਲੰਬੜਦਾਰ ਸੀਗੇ ਉਹਦਾ ਕਾਰਨ ਕੀ ਸੀਗਾ ਕਿ ਲੰਬੜਦਾਰ ਨਹੀਂ ਅੱਛਾ ਫਾਦਰ ਸਾਹਿਬ ਨੂੰ ਦੇਖ ਕੇ ਹੁੰਦੇ ਸੀ ਬਰਾਸੀ ਪਾਸੇ ਲੋਕ ਨਹੀਂ ਸਾਡੇ ਤਾਂ ਨਹੀਂ ਹੁੰਦੀ ਸੀ ਉਹ ਗੱਲਾਂ ਬਣੀਆਂ ਹੋਈਆਂ ਨੇ ਕਿ ਲੰਬੜਦਾਰ ਟੱਕਰ ਜੇ ਅਸਲ ਗੱਲ ਕੀ ਸੀਗੀ ਕਿਹੜਾ ਲੰਬੜਦਾਰ ਬਣਾਇਆ ਜਾਂਦਾ ਸੀ ਨਾ ਉਹ ਇੱਕ ਸਰਕਾਰ ਦਾ ਮੁਖਬਰ ਹੁੰਦਾ ਸੀ ਮੁਖਬਰ ਮੀਨਸ ਉਹ ਸਰਕਾਰੀ ਬੰਦਾ ਹੁੰਦਾ ਸੀ ਉਹਨੇ ਦੱਸਣਾ ਹੁੰਦਾ ਸੀ ਸਰਕਾਰ ਦੀ ਹਰ ਰਿਪੋਰਟ ਦੇਣੀ ਹੁੰਦੀ ਸੀ ਪਿੰਡ ਦੀ ਹਰ ਰਿਪੋਰਟ ਸੌਰੀ ਕਿ ਐਵੇਂ ਆ ਹੁਣ ਕਈ ਬੰਦਿਆਂ ਨੇ ਸਰਕਾਰ ਦਾ ਪੈਸਾ ਦੇਣਾ ਹੁੰਦਾ ਸੀ ਜਾਂ ਉੱਥੇ ਉੱਥੇ ਹਾਜ਼ਰ ਹੋਣਾ ਹੁੰਦਾ ਸੀ ਪਰ ਹੁੰਦਾ ਨਹੀਂ ਸੀ ਫੇ ਲੰਬੜਦਾਰ ਦੇਖ ਲੈਂਦਾ ਸੀ ਉਹਨੂੰ ਉਹ ਲੰਬੜਦਾਰ ਤੋਂ ਡਰ ਕੇ ਇੱਧਰ ਉੱਧਰ ਹੋ ਜਾਂਦਾ ਕਿ ਉੱਧਰ ਜਾਂ ਲੰਬੜਦਾਰ ਖੜਾ ਉੱਧਰ ਦੀ ਨਹੀਂ ਜਾਣਾ ਇਹ ਹੁੰਦਾ ਸੀ ਕਾਰਨ ਉਹ ਉਦੋਂ ਤਾਂ ਉਦੋਂ ਤਾਂ ਸਰਕਾਰ ਨੂੰ ਦੱਸਦਾ ਸੀ ਲੰਬੜਦਾਰ ਜਾ ਕੇ ਇਹਨਾਂ ਨੇ ਉਹਨੂੰ ਬਸ ਉਹ ਬਣਾ ਲਿਆ ਕਿ ਉਹ ਟੱਕਰ ਗਿਆ ਤਾਂ ਆ ਹੋ ਜੂ ਤੇ ਉਦੋਂ ਬਾਅਦ ਬਿੱਲੀ ਟੱਕਰ ਗਈ ਇਹ ਨੈਗੇਟਿਵਿਟੀ ਆ ਜਾਂਦੀ ਹੈ ਦਿਮਾਗ 'ਚ ਜਦੋਂ ਕੰਮ ਕਿਸੇ ਚੀਜ਼ ਦੀ ਨੈਗੇਟਿਵਿਟੀ ਆ ਜਾਵੇ ਫਿਰ ਬਸ ਉਹ ਕੰਮ ਹੋਣਾ ਹੀ ਨਹੀਂ ਤੁਹਾਡਾ ਜਦ ਤੁਸੀਂ ਉਹ ਤੁਸੀਂ ਉਹ ਢੇਰੀ ਢਾਤੀ ਹੁਣ ਕਈ ਤੁਸੀਂ ਕਹਿੰਦੇ ਹੋ ਕਿ ਆ ਟੂਨੇ ਟੱਪੇ ਐਵੇਂ ਆ ਇਹ ਟੂਨੇ ਟੱਪਿਆਂ ਦਾ ਰੀਜਨ ਸੀ ਕੋਈ ਯਾਨੀ ਕਿ ਹੁਣ ਕਈ ਕੀ ਕਰਦੇ ਨੇ ਚੌਂਕ 'ਚ ਝਾੜੂ ਖਲਾੜ ਜਾਣਗੇ ਲਾਲ ਕੱਪੜਾ ਬੰਨ ਕੇ ਨਾਰੀਅਰ ਰੱਖ ਜਾਣਗੇ ਟੂਨੇ ਕਰਦੇ ਆ ਨਾ ਉਹਦਾ ਰੀਜਨ ਸੀ ਇੱਕ ਹੁਣ ਉਹਦਾ ਕਾਰਨ ਨਹੀਂ ਰਿਹਾ ਹੁਣ ਲੋਕ ਕਿਉਂ ਹੀ ਕਮਲੇ ਹੋਏ ਨੇ ਕਮਲੇ ਵਾਂਗੂ ਟੂਨੇ ਕਰੀਏ ਪਹਿਲਾਂ ਪਹਿਲਾਂ ਕੀ ਕਾਰਨ ਸੀ ਪਹਿਲਾ ਕਾਰਨ ਇਹ ਸੀਗਾ ਪਹਿਲਾਂ ਹੁੰਦਾ ਸੀ ਨਾ ਕਿ ਕਿਹੜੇ ਬੈਦ ਹੁੰਦੇ ਸੀ ਬੈਦ ਬੈਦ ਹਕੀਮ ਉਹ ਕੋਈ ਕੋਈ ਹੁੰਦਾ ਸੀ ਫਿਰ ਜਿਵੇਂ ਮੰਨ ਲਓ ਮੈਂ ਬੈਦ ਆ ਮੈਂ ਦੋ ਬੰਦੇ ਤਿਆਰ ਕਰ ਲੇ ਤੇ ਉਹਨਾਂ ਨੂੰ ਜੜੀਆਂ ਬੂਟੀਆਂ ਪਾਈਆਂ ਝੋਲੇ 'ਚ ਤੇ ਕਹਤਾ ਚਲੋ ਵੀ ਲੋਕਾਂ ਦਾ ਕਰੋ ਭਲਾ ਠੀਕ ਆ ਜੀ ਉਹ ਡੰਡੀਆਂ ਬਣੀ ਹੁੰਦੀਆਂ ਸੀ ਪੱਕੇ ਡੰਡੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਠੀਕ ਹੈ ਇੱਕ ਚਰਸਤਾ ਹੁੰਦਾ ਸੀ ਉਧਰ ਨੂੰ ਵੀ ਲੰਗਦਾ ਸੀਰਾ ਇਧਰ ਨੂੰ ਵੀ ਰਾਹ ਸੜਕਾਂ ਤਾਂ ਹੁੰਦੀਆਂ ਨਹੀਂ ਸੀ ਪੱਕੀਆਂ ਇੱਕ 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 ਮੈਨੂੰ ਗੱਲ ਦੱਸੋ ਮੈਂ ਟੋਕਰਿਆ ਤੁਹਾਨੂੰ ਮਾਫੀ ਚਾਹਣਾ ਵਿਚਕਾਰ ਜਿਹੜੇ ਤੁਸੀਂ ਹਰ ਇੱਕ ਚੀਜ਼ ਦੇ ਅਰਥ ਕੱਢ ਰਹੇ ਹੋ ਇਹ ਮਤਲਬ ਕੱਢ ਰਹੇ ਹੋ ਇਹ ਤੁਸੀਂ ਖੁਦ ਬਣਾਏ ਨੇ ਜਾਂ ਕਿਸੇ ਕਿਤਾਬ ਚੋਂ ਪੜ੍ਹਿਆ ਇਹ ਮੈਂ ਪੜ੍ਹੇ ਨੇ ਸੁਨੇ ਨੇ ਤੇ ਮੈਂ ਜੇ ਤੁਹਾਨੂੰ ਨਾ ਲੱਗਿਆ ਨਾ ਜਿ ਸੈਂਟੀਫਿਕ ਰੀਜਨ ਹੈ ਫਿਰ ਤੁਸੀਂ ਮੈਨੂੰ ਕਿਹੋ ਉਹ ਪਕਟਿੰਡੀਆਂ ਹੁੰਦੀਆਂ ਸੀ ਤੇ ਫਿਰ ਕੀ ਹੁੰਦਾ ਸੀ ਇਹ ਉਹ ਜਦੋਂ ਹਕੀਮ ਹਕੀਮ ਪਿੰਡਾਂ ਦੇ ਵਿੱਚ ਤੁਰੇ ਰਹਿੰਦੇ ਹੁੰਦੇ ਸੀ ਕਿ ਉਧਰ ਨੂੰ ਨਿਕਲ ਗਏ ਇਧਰ ਨੂੰ ਦੂਰ ਦੂਰ ਪਿੰਡ ਹੁੰਦੇ ਸੀ ਹੁਣ ਜਦੋਂ ਨਾ ਜਦੋਂ ਇੱਕ ਚਰਾਸਤੇ ਦੇ ਵਿੱਚ ਕਿਸੇ ਦੇ ਮੰਨ ਲਓ ਆ ਨਾਲ ਦੇ ਘਰੇ ਸਿਰਦਾ ਸਿਰਦਾ ਉਹ ਆ ਸਿਰ ਦੁਖ ਦਾ ਉਹ ਨਾਰੀਅਲ ਤੇ ਲਾਲ ਕੱਪੜਾ ਬੰਨ ਕੇ ਚਰਾਹੇ 'ਚ ਰੱਖ ਦਿੰਦੇ ਸੀ ਉਹਦਾ ਮਤਲਬ ਕੀ ਸੀ ਨਾਰੀਅਲ ਮਤਲਬ ਸਿਰ ਦਿਖਾ ਦਿੰਦੇ ਸੀ ਲਾਲ ਕੱਪੜਾ ਦੂਰੋਂ ਫੋਕਸ ਪਾਵੇ ਕਿਉਂ ਲਾਲ ਕੱਪੜਾ ਪਿਆ ਵਾ ਉੱਥੇ ਕੁਝ ਹੈਗਾ ਵਾ ਉਹਨਾਂ ਜਾਣਦਾ ਸੀ ਨਾਰੀਅਲ ਉਹ ਨਾਲ ਲਾਲ ਕੱਪੜਾ ਦੇ ਦਿੰਦਾ ਸੀ ਪਹਿਲਾਂ ਨਾਰੀਅਲ ਪੰਨ ਕੇ ਆਪਦੀ ਪਿਆਸ ਭਜਾਉਂਦਾ ਸੀਗਾ ਨਾਰੀਅਲ ਪੀਂਦਾ ਸੀ ਫਿਰ ਉਹ ਨਾਲ ਦੇ ਘਰ ਕਿਵੇਂ ਆ 84 ਦੇ ਨਾਲ ਘਰ ਆ ਉਹਨੂੰ ਦੱਸ ਦਿੰਦਾ ਕਿ ਭਈ ਆ ਨਾਰੀਅਲ ਅਸੀਂ ਰੱਖਿਆ ਟੂਣਾ ਅਸੀਂ ਕੀਤਾ ਜੇ ਹਕੀਮ ਆਇਆ ਤਾਂ ਸਾਡੇ ਘਰੇ ਭੇਜ ਦੇ ਉਹ ਨਾਰੀਅਲ ਤੋੜ ਕੇ ਅਦੀ ਪਿਆਸ ਭੁੱਖ ਬਟਾਉਂਦਾ ਸੀ ਫਿਰ ਉਹ ਗਵਾਂਢ ਨੂੰ ਪੁੱਛਦਾ ਕੌਣ ਰੱਖ ਗਿਆ ਉਹ ਕਹਿੰਦਾ ਜੀ ਫਲਾਣੇ ਦਾ ਤੇਜਾ ਰੱਖ ਕੇ ਗਿਆ ਉਹ ਤੇਜੇ ਦੇ ਘਰੇ ਜਾਂਦਾ ਸੀ ਸਿਰ ਦੀ ਦਵਾਈ ਦਿੱਤੀ ਉਹਦਾ ਸਿਰ ਠੀਕ ਹੋ ਗਿਆ ਉਹਦਾ ਟੂਣਾ ਕੀਤਾ ਕੰਮ ਆ ਗਿਆ ਸਤਨਾਜਾ ਰੱਖ ਜਾਂਦੇ ਸੀਗੇ ਸਤਨਾਜੇ ਸਤ ਨਾਜ ਰੱਖ ਜਾਂਦੇ ਉਹਦਾ ਮਤਲਬ ਢਿੱਡ ਦੀ ਬਿਮਾਰੀ ਆ ਕਿਸੇ ਨੂੰ ਤੇ ਉਹ ਨਾਲ ਦੇ ਘਰ ਵਿੱਚ ਸਤਨਾਜਾ ਕੌਣ ਰੱਖ ਕੇ ਗਿਆ ਉਹ ਕਹਿੰਦੇ ਜੀ ਫਲਾਣੇ ਘਰ ਦਾ ਤੋਤੀ ਰੱਖ ਕੇ ਗਿਆ ਉਹ ਸਤਨਾਜਾ ਉਹਨੂੰ ਮਿਲ ਜਾਂਦਾ ਸੀ ਉਹ ਝੋਲੇ 'ਚ ਪਾਉਂਦਾ ਸੀ ਤੇ ਉਹ ਫਲਾਣੇ ਘਰੇ ਜਾਂਦਾ ਸੀ ਹਕੀਮ ਦਵਾਈ ਦੇ ਕੇ ਆ ਜਾਂਦੇ ਸੀ ਉਸ ਟਾਈਮ ਟੂਣਿਆਂ ਨਾਲ ਦਵਾਈਆਂ ਮਿਲਦੀਆਂ ਹੁੰਦੀਆਂ ਸੀ ਉਹ ਇੱਕ ਜਾਨੀ ਕਿ ਸੰਚਾਰ ਸੀਗਾ ਜਾਨੀ ਕਿ ਇਹ ਕੰਮ ਕਰਨ ਦਾ ਰੀਜਨ ਸੀਗਾ ਕਿ ਐਵੇਂ ਐਵੇਂ ਟੂਣੇ ਦਾ ਹੁਣ ਲੋਕ ਕਿਉਂ ਇਹ ਨਾਰੀਆਂ ਰੱਖ ਜਾਂਦੇ ਹੁਣ ਕੋਈ ਦਵਾਈ ਦੇਣਾ ਜੀ ਤੁਹਾਡੇ ਘਰੇ ਅ ਦਰਸ਼ਕੋ ਜੋ ਸardar ਅਰਸ਼ਦੀਪ ਸਿੰਘ ਨੇ ਸਾਨੂੰ ਦੱਸਿਆ ਨਾ ਉਹਦੇ ਵਿੱਚੋਂ ਮੈਨੂੰ ਜੋ ਗੱਲ ਸਮਝ ਲੱਗੀ ਉਹ ਇਹ ਆ ਵੀ ਜਦੋਂ ਵੀ ਕੋਈ ਪਰੰਪਰਾ ਸ਼ੁਰੂ ਹੁੰਦੀ ਆ ਕੋਈ ਰੀਤੀ ਰਿਵਾਇਤ ਧਰਮ ਵੀ ਸ਼ੁਰੂ ਹੁੰਦਾ ਹੈ ਉਹਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਉਹ ਹਾਲਾਤਾਂ ਦੀ ਸਮੇਂ ਦੀ ਲੋੜ ਹੁੰਦੀ ਹੈ ਪਰ ਹੌਲੀ-ਹੌਲੀ ਹਾਲਾਤ ਬਦਲਦੇ ਜਾਂਦੇ ਨੇ ਸਮਾਂ ਬਦਲਦਾ ਜਾਂਦਾ ਹੈ ਲੌਜਿਕ ਬਦਲਦਾ ਜਾਂਦਾ ਹੈ ਪਰ ਉਹ ਰਵੈਤ ਹੈ ਜਿਹੜੀ ਉਹ ਰਵੈਤ ਉਸੇ ਤਰ੍ਹਾਂ ਕਾਇਮ ਰਹਿੰਦੀ ਹੈ ਤੇ ਇੱਕ ਦਿਨ ਐਸਾ ਆਉਂਦਾ ਜਦੋਂ ਉਹਦੇ ਵਿੱਚੋਂ ਲੌਜਿਕ ਖਤਮ ਹੋ ਜਾਂਦਾ ਹੈ ਕੋਈ ਨਾ ਕੋਈ ਰੀਜ਼ਨ ਖਤਮ ਹੋ ਜਾਂਦਾ ਹੈ ਤੇ ਉਹ ਜਿਹੜੀ ਰਵੈਤ ਹੈ ਉਹ ਇੱਕ ਪਖੰਡ ਬਣ ਕੇ ਕਰਮਕਾਂਡ ਬਣ ਕੇ ਉਹ ਪੀੜੀ ਦਰ ਪੀੜੀ ਚੱਲਦੀ ਰਹਿੰਦੀ ਹੈ ਅੱਜ ਜਿਹੜਾ ਆਸਤਕ ਹੈ ਕਹਿੰਦਾ ਰੱਬ ਨੂੰ ਮੰਨਦਾ ਮੈਂ ਉਹ ਵੀ ਦੁਖੀ ਹੈ ਜੀ ਉਹਦਾ ਤੇ ਮੰਨਿਆ ਵੀ ਉਹ ਭਰਮਾਂ ਚ ਕਰਮ ਕੰਡਾਂ ਚ ਪੈ ਗਿਆ ਹਾਂਜੀ ਜਿਹੜਾ ਬੰਦਾ ਨਾਸਤਕ ਹੈ ਹਾਂਜੀ ਨਾਸਤਕਾ ਕਹਿੰਦਾ ਰੱਬ ਨਾਲ ਦੀ ਚੀਜ਼ ਨਹੀਂ ਹੁੰਦੀ ਉਹ ਵੀ ਦੁਖੀ ਹੈ ਦੋਨੇ ਰੱਬ ਹੈ ਨਹੀਂ ਇਹ ਕਹਿਣ ਵਾਲਾ ਵੀ ਦੁਖੀ ਹੈ ਰੱਬ ਹੈ ਸਾਰੀਆਂ ਥਾਵਾਂ ਉੱਤੇ ਹੈ ਇਹ ਕਹਿਣ ਵਾਲਾ ਵੀ ਦੁਖੀ ਹੈ ਇਹ ਫਿਰ ਸੰਸਾਰ ਆ ਜਿਹੜਾ ਉਹ ਉਹ ਦੋਨੇ ਪਾਸੇ ਦੁਖੀ ਕਿਉਂ ਹੈ ਇੱਕ ਦੁੱਖ ਸੁੱਖ ਆਪਣੇ ਗ੍ਰੰਥ ਸਾਹਿਬ 'ਚ ਲਿਖਿਆ ਦੁੱਖ ਸੁੱਖ ਆਪਰੇ ਨਾਲ ਚੱਲਦੇ ਰਹਿਣੇ ਆ। ਇੱਕ ਹਾਂ ਸੁੱਖ ਦੁੱਖ ਦੋਦਰ ਕੱਪੜੇ ਦੋਦਰ ਕੱਪੜੇ ਹਾਂ ਓਏ ਆਪਣੇ ਨਾਲ ਹੀ ਚੱਲਦੇ ਰਹਿਣੇ ਆ। ਮੈਂ ਮੈਂ ਜਦ ਵੀ ਜੋ ਮੈਨੂੰ ਮਿਲਦਾ ਉਹਨੂੰ ਮੈਂ ਦੱਸਦਾ ਹੁੰਨਾ ਕਿ ਇੱਕ ਘੜੀ ਕਿਹੜਾ ਟਾਈਮ ਪੀਸ ਹੈ ਨਾ ਆਪਣਾ। ਉਹਦੇ ਤੇ 12 ਵਾਲੀ 12 ਕਿੱਥੇ ਵੱਜਿਆ ਉੱਥੇ ਲਿਖ ਲੋ ਦੁੱਖ। ਕਿਹੜੀ 3 ਉੱਥੇ ਲਿਖ ਲੋ ਸੁੱਖ। ਕਿਹੜਾ 6 ਆ ਉੱਥੇ ਲਿਖ ਲੋ ਰੋਣਾ। ਫਿਰ ਕਿੱਥੇ 9 ਉੱਥੇ ਲਿਖ ਲੋ ਹੱਸਣਾ। ਉਹ ਆਈ ਕਮੀ ਜਾਣਾ ਟਾਈਮ ਪੀਸ ਨੇ ਇਹ ਵੀ ਦੁੱਖ ਸੁੱਖ ਹੱਸਣਾ ਰੋਣਾ ਆਪਣੇ ਨਾਲ ਰਹਿਣੇ ਆ ਜੇ ਤੁਸੀਂ ਕਹਦੇ ਹੋ ਕਿ ਯਾਨੀ ਕਿ ਜੇ ਤੁਸੀਂ ਕਹਿੰਦੇ ਹੋ ਕਿ ਰੱਬ ਵਾਲਾ ਵੀ ਦੁਖੀ ਆ ਰੱਬ ਨਾਮ ਮੰਨਣ ਵਾਲਾ ਵੀ ਦੁਖੀ ਆ ਇਹ ਤਾਂ ਚੱਲਦੇ ਰਹਿਣੇ ਆ ਦੁੱਖ ਸੁੱਖ ਆਪਣੇ ਤੇ ਆਉਂਦੇ ਰਹਿੰਦੇ ਆ ਇਹਨੂੰ ਸੰਸਾਰ ਕਹਿੰਦੇ ਆ ਉਹ ਕਹਿੰਦੇ ਜਦ ਬੰਦਾ ਅਧੂਰਾ ਯਾਨੀ ਅਧੂਰਾ ਯਾਨੀ ਕਿ ਜਦ ਬੰਦੇ ਦੀ ਡੈਥ ਹੋ ਜਾਂਦੀ ਹੈ ਕਹਿੰਦੇ ਜਾਂਦੇ ਬੰਦਾ ਪੂਰਾ ਹੋ ਗਿਆ ਉਹਨੂੰ ਕਹਿੰਦੇ ਬੰਦਾ ਪੂਰਾ ਹੋ ਗਿਆ ਯਾਨੀ ਕਿ ਹੁਣ ਬੰਦਾ ਪੂਰਾ ਬਸ ਖਤਮ ਜਦ ਤੱਕ ਅਧੂਰਾ ਉਦੋਂ ਤੱਕ ਹੀ ਜ਼ਿੰਦਗੀ ਆ ਜਦੋਂ ਪੂਰਾ ਹੋ ਗਿਆ ਬਸ ਪੂਰਾ ਹੀ ਹੋ ਗਿਆ ਕਹਿ ਨਹੀਂ ਜਾਂਦੇ ਬੰਦਾ ਪੂਰਾ ਹੋ ਗਿਆ ਭਾਈ ਉਹਦਾ ਉਹਦਾ ਇਹ ਵੈਸੇ ਧਰਮ ਦੀਆਂ ਗੱਲਾਂ ਨੇ ਹਾਂ ਇਹ ਜਨ ਕਿ ਪੂਰਾ ਹੋ ਗਿਆ ਤੇ ਬੱਚੇ ਬਚ ਗਏ ਜਿਹੜੇ ਬਚ ਗਏ ਬਚ ਗਏ ਜਨ ਕਿ ਹੁਣ ਮੈਂ ਤੁਹਾਨੂੰ ਦੱਸਦਾ ਮੈਂ ਨਾ ਹਰਮੰਦਰ ਸਾਹਿਬ ਚਲੇ ਗਏ ਮੇਰਾ ਇੱਕ ਤਾਏ ਦਾ ਲੜਕਾ ਵਾ ਉਹ ਹਰਮੰਦਰ ਸਾਹਿਬ ਹਰ ਆਪਣੇ ਆਪਣੀ ਕਿਹੜੀ ਜੋ ਵੀ ਆਉਦੀ ਹੈਗੀ ਮੂਮੈਂਟ ਉਹ ਜਨ ਕਿ ਕੋਈ ਵੀ ਫੰਕਸ਼ਨ ਆ ਉਹ ਉੱਥੇ ਅੰਮ੍ਰਿਤਸਰ ਜਾਣਾ ਚਾਹੁੰਦਾ ਆਉਦੀ ਮੈਰਿਜ ਯੂਨੀਵਰਸਿਟੀ ਦੇ ਆਪਣੀ ਜਨਮ ਦਿਨ ਤੇ ਉਹ ਅੰਮ੍ਰਿਤਸਰ ਮਨਾਉਣਾ ਚਾਹੁੰਦਾ ਉਹਦੀ ਜਦੋਂ ਮੈਰਿਜ ਹੋਈ ਮੈਨੂੰ ਕਹਿੰਦਾ ਆਪਾਂ ਅੰਮ੍ਰਿਤਸਰ ਜਾਣਾ ਤੇ ਉਹਦੀ ਵਾਈਫ ਮੇਰੀ ਵਾਈਫ ਅਸੀਂ ਬੇਟੀ ਮੇਰੀ ਅਸੀਂ ਅੰਮ੍ਰਿਤਸਰ ਚਲੇ ਗਏ ਅਸੀਂ ਅਕਾਲ ਤਖਤ ਦੇ ਸਾਹਬ ਦੇ ਮੱਥਾ ਟੇਕਣ ਗਏ ਅੰਦਰ ਤੇ ਉਹ ਕਿਹੜਾ ਬਾਰ ਬਰਸ਼ ਵਾਲਾ ਖੜਾ ਹੁੰਦਾ ਮੈਂ ਉਹਨੂੰ ਸੇਵਾਦਾਰ ਨਹੀਂ ਕਹੂੰਗਾ ਸੇਵਾਦਾਰ ਉਹ ਹੁੰਦਾ ਜਿਹੜਾ ਬਿਨਾਂ ਪੈਸੇ ਤੋਂ ਨਿਵਾ ਉਹ ਸ਼੍ਰੋਮਣੀ ਕਮੇਟੀ ਦਾ ਇੱਕ ਮੁਲਾਜ਼ਮ ਹੈ ਮੁਲਾਜ਼ਮ ਉਹ ਮੁਲਾਜ਼ਮ ਨੇ ਮੈਨੂੰ ਅਕਾਲ ਤਖਤ ਸਾਹਬ ਦੇ ਬਾਹਰ ਰੋਕ ਲਿਆ ਕਹਿੰਦੇ ਬੱਚੇ ਦਾ ਸਿੱਟਕੋ ਮੇਰੀ ਬੇਟੀ 2 ਸਾਲ ਦੀ ਹੁਣ ਉਹਨੂੰ ਕੀ ਪਤਾ ਸੇਟ ਟਕਣ ਦਾ ਮਤਲਬ ਜੇ ਉਹਦੇ ਗਰਮੀਆਂ ਸੀਗੀਆਂ ਜੇ ਟੋਪੀ ਲਵੇ ਫਿਰ ਤਾਂ ਆਪਾਂ ਟੋਪੀ ਦੇ ਦਈਏ ਉਹਨ ਸਿਰ ਉਹਦੇ ਪਰ ਕੁਛ ਬੰਨ ਦਵਾਉਣ 1 ਮਿੰਟ ਚ ਹੀ ਲਾ ਦੇਣਾ ਮੈਂ ਕਿਹਾ ਬ੍ਰਦਰ ਇਹਨੇ 1 ਮਿੰਟ ਚ ਹੀ ਲਾ ਦੇਣਾ ਕਹਿੰਦਾ ਨਹੀਂ ਜੀ ਮੈਂ ਅੰਦਰ ਹੀ ਨਹੀਂ ਜਾਣ ਦਿੰਦਾ ਤੁਹਾਨੂੰ ਸੇਟ ਟਕੇ ਬਿਨਾ ਹੁਣ ਉਹਨੂੰ ਕੀ ਪਤਾ ਸੇਟ ਟਕਣ ਦਾ ਮਤਲਬ ਬੱਚੇ 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 ਕਹੀ ਉਹਨੂੰ ਜਾਂਦਾ ਬੱਚੇ ਮਤਲਬ ਬਚ ਗਏ ਕਾਮ ਕ੍ਰੋਧ ਮੋਹ ਲੋ ਹੰਕਾਰ ਤੋਂ ਜਿਹੜੇ ਬਚ ਗਏ ਉਹ ਬੱਚੇ ਜਿਹਨੂੰ ਪਤਾ ਲੱਗ ਗਿਆ ਕਾਮ ਕ੍ਰੋਧ ਮੋਹ ਲੋ ਹੰਕਾਰ ਦਾ ਉਹ ਬੱਚੇ ਨਹੀਂ ਰਹਿ ਗਏ ਕਹਿੰਦੇ ਨਹੀਂ ਇਹ ਹੁਣ ਬੱਚਾ ਨਹੀਂ ਰਿਹਾ ਬੱਚਾ ਉਹ ਕਿਹੜੇ ਬਚ ਗਏ ਉਹ ਬੱਚੇ ਕਿਹੜਾ ਪੂਰਾ ਹੋ ਗਿਆ ਪੂਰਾ ਇਹ ਕਿ ਪੂਰਾ ਹੋ ਗਿਆ ਜਿਹੜਾ ਜਦ ਤੱਕ ਬੰਦਾ ਅਧੂਰਾ ਵਾ ਉਹਦੀਆਂ ਖਵਾਇਸ਼ਾਂ ਵੀ ਹੋਣਗੀਆਂ ਉਹਦੇ ਸਾਰਾ ਕੁਝ ਹੋਊਗਾ ਉਹ ਚੱਲਦਾ ਰਹਿਣਾ ਵਾ ਤੇ ਇਹ ਸੰਸਾਰ ਆ ਇਹਨੂੰ ਕੋਈ ਜੇ ਆਪਾਂ ਕਹਦੀਆਂ ਰੱਬ ਨੂੰ ਮੰਨਦਾ ਨਹੀਂ ਮੰਨਦਾ ਇਹ ਕਿਉਂ ਦੁਖੀ ਆ ਕਿਉਂ ਸੁਖੀ ਆ ਇਹ ਆਪਦੇ ਤੁਸੀਂ ਜੋ ਆਪਣੀ ਜ਼ਿੰਦਗੀ ਚ ਆਪਾਂ ਮਿਹਨਤ ਕਰਾਂਗੇ ਉਹ ਕੰਮ ਕਰਾਂਗੇ ਉਹ ਜਦ ਤੱਕ ਤੁਹਾਡੇ ਜੋ ਮੈਂ ਤੁਹਾਨੂੰ ਦੱਸਿਆ ਤੁਹਾਡੇ ਸਰੀਰ ਦੇ ਅੰਗ ਨੇ ਭੈਣ ਭਾਈ ਮਾਪੇ ਬੇਟੀ ਬੇਟਾ ਜੋ ਤੁਹਾਡੇ ਨਾਲ ਸਬੰਧ ਰੱਖਦੇ ਨੇ ਜਦ ਤੱਕ ਉਹ ਖੁਸ਼ ਨੇ ਤਾਂ ਤੁਸੀਂ ਖੁਸ਼ ਹੋ ਜਦੋਂ ਉਹਨਾਂ ਚ ਕੋਈ ਤਕਲੀਫ ਚਾ ਤੁਸੀਂ ਵੀ ਤਕਲੀਫ ਚ ਆ ਜਾਵੋ ਉਹਨਾਂ ਨੂੰ ਪਹਿਲੀ ਪ੍ਰਾਇੋਰਟੀ ਆਪਣੀ ਉਹੀ ਆ ਕਿ ਆਪਣਾ ਪਰਿਵਾਰ ਖੁਸ਼ ਰਹੇ ਜਦ ਤੱਕ ਤੁਹਾਡਾ ਪਰਿਵਾਰ ਖੁਸ਼ ਆ ਤਾਂ ਤੁਸੀਂ ਖੁਸ਼ ਆ ਤਾਂ ਤੁਹਾਡੇ 9 12 ਨੇ ਬਸ ਅ ਅਰਸ਼ਦੀਪ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਤੇ ਕਈ ਗੱਲਾਂ ਨੇ ਜਿਹੜੀਆਂ ਉਹ ਮੇਰੇ ਮਨ ਚ ਕਲੀਅਰ ਹੋਈਆਂ ਨੇ ਸੋ ਮੋٹے ਤੌਰ ਤੇ ਦਰਸ਼ਕੋ ਜਿਹੜੀ ਹੈ ਗੱਲ ਉਹ ਇਹੀ ਹੈ ਕਿ ਨਾਸਤਕ ਤੇ ਭਾਵੇਂ ਆਸਤਕ ਧਰਮੀ ਤੇ ਭਾਵੇਂ ਅਧਰਮੀ ਜਦ ਤੱਕ ਇਨਸਾਨ ਵਿੱਚੋਂ ਸਾਨੂੰ ਰੱਬ ਦਿਖਾਈ ਨਹੀਂ ਦਿੰਦਾ ਉਦੋਂ ਤੱਕ ਸਾਨੂੰ ਕਿਸੇ ਪੱਥਰ ਦੇ ਵਿੱਚੋਂ ਕਿਸੇ ਮੂਰਤੀ ਵਿੱਚੋਂ ਰੱਬ ਦਿਖਾਈ ਨਹੀਂ ਦੇਵੇਗਾ ਧਾਰਮਿਕ ਸਥਾਨ ਨੇ ਸਿੱਖਿਆ ਦਾ ਕੇਂਦਰ ਨੇ ਸਿੱਖਿਆ ਲੈ ਰਹੇ ਆ ਤੇ ਧਾਰਮਿਕ ਸਥਾਨ ਸਾਡੀ ਬਿਹਤਰੀ ਜਿੰਦਗੀ ਨੂੰ ਸੋਨਾ ਕਰ ਸਕਦੇ ਨੇ ਜੇ ਸਿੱਖਿਆ ਨਹੀਂ ਲੈ ਰਹੇ ਤਾਂ ਕੋਈ ਵੀ ਇਮਾਰਤ ਕੋਈ ਵੀ ਧਾਰਮਿਕ ਸਥਾਨ ਸਿੱਖਿਆ ਤੋਂ ਬਿਨਾ ਸਾਡੀ ਜਿੰਦਗੀ ਨੂੰ ਸੋਨਾ ਨਹੀਂ ਬਣਾ ਸਕਦਾ ਆਸਤਕਤਾ ਹੈ ਭਾਵੇਂ ਨਾਸਤਕਤਾ ਸਾਡੇ ਅੰਦਰ ਦੇ ਗੁਣ ਇੱਕ ਇਨਸਾਨ ਦੇ ਜਿਹੜੇ ਚੰਗੇ ਗੁਣ ਹੋਣੇ ਚਾਹੀਦੇ ਨੇ ਸਤ ਸੰਤੋਖ ਧਰਮ ਤੀਰਜ ਦਇਆ ਹੋਣੀ ਚਾਹੀਦੀ ਹੈ ਉਹੀ ਰੱਬ ਨੇ ਉਹੀ ਚੰਗੇ ਗੁਣ ਨੇ ਸੋ ਉਹਨਾਂ ਨੂੰ ਗ੍ਰੈਂਡ ਕਰਨ ਵਾਲਾ ਇੱਕ ਚੰਗਾ ਇਨਸਾਨ ਹੋ ਸਕਦਾ ਇੱਕ ਚੰਗਾ ਧਰਮੀ ਹੋ ਸਕਦਾ ਸੋ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਕਿ ਤੁਸੀਂ ਸਾਨੂੰ ਫਿਰ ਵੀ ਮੌਕਾ ਦਿਓ ਦਿਓਗੇ ਜੇ ਤੁਸੀਂ ਤੁਹਾਨੂੰ ਯਾਦ ਕਰਾਂਗੇ ਤੇ ਇਸੇ ਤਰ੍ਹਾਂ ਸਾਨੂੰ ਆਪਣੇ ਨਵੇਂ ਵਿਚਾਰਾਂ ਦੇ ਨਾਲ ਔਰ ਨਿਰਪੱਖਤਾ ਦੇ ਨਾਲ ਜੇ ਤੁਸੀਂ ਵਿਚਾਰ ਰੱਖਦੇ ਹੋ ਉਹਦਾ ਮੌਕਾ ਸਾਨੂੰ ਫਿਰ ਤੁਸੀਂ ਦੁਬਾਰਾ ਦਿਓਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਰੇ ਨਵੋਦਾ ਟੀਵੀ ਦੇਖ ਰਹੇ ਆਪਣੇ ਸੱਜਣਾ ਦਾ ਦੋਸਤਾਂ ਦਾ ਤੇ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਤੇ ਮੈਂ ਤੁਹਾਡਾ ਚੈਨਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਨੀ ਦੂਰੋਂ ਆ ਕੇ ਮੇਰੇ ਘਰੇ ਆਏ ਤੇ ਮੈਂ ਫਿਰ ਤੋਂ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ